ਹੈਲੋ एवरीवन ਵੈਲਕਮ ਟੂ ਪੰਜਾਬੀ IQ ਪੰਜਾਬੀ IQ ਦੇ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੀਟ ਪਲੱਸ ਬੀ ਵੀਡੀਓ ਐਗਜ਼ਾਮ ਦੇ ਲਈ ਫ੍ਰੀ ਮੌਕ ਟੈਸਟ ਸੀਰੀਜ਼ ਦਾ ਸੈੱਟ ਨੰਬਰ 2 ਜਿਸ ਦੇ ਵਿੱਚ ਆਪਾਂ 20 ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਇਹਨਾਂ 20 ਕੁਐਸ਼ਨਸ ਦੇ ਵਿੱਚ ਤੁਹਾਨੂੰ ਜੀਕੇ ਦੇ ਕੁਐਸ਼ਨਸ ਦੇਖਣ ਨੂੰ ਮਿਲਣਗੇ ਰੀਜ਼ਨਿੰਗ ਦੇ ਕੁਐਸ਼ਨਸ ਹੋਣਗੇ ਮੈਥ ਦੇ ਕੁਐਸ਼ਨ ਵੀ ਹੋਣਗੇ ਕੰਪਿਊਟਰ ਦੇ ਵੀ ਦੇ ਲਾਸਟ ਦੇ ਦੋ ਕੁਐਸਚਨ ਪੰਜਾਬੀ ਤੋਂ ਵੀ ਆਪਾਂ ਨੇ ਇਨਕਲੂਡ ਕੀਤੇ ਨੇ ਇਹਨਾਂ 20 ਕੁਐਸਚਨਸ ਦੇ ਵਿੱਚ ਇਸ ਤੋਂ ਪਹਿਲਾਂ ਸੈੱਟ ਨੰਬਰ 1 ਆਪਾਂ ਨੇ ਕਵਰ ਕੀਤਾ ਸੀ ਡਿਟੇਲ ਦੇ ਵਿੱਚ ਅਗਰ ਤੁਹਾਨੂੰ ਸੈੱਟ ਨੰਬਰ 1 ਨਹੀਂ ਦੇਖਿਆ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜੇਗਾ ਮੌਕ ਟੈਸਟ ਨੰਬਰ 1 ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਐਗਜ਼ਾਮ ਓਰੀਐਂਟਡ ਹੈ ਸੀਰੀਜ਼ ਹੈ ਕਾਫੀ ਇੰਪੋਰਟੈਂਟ ਕੁਐਸਚਨਸ ਆਪਾਂ ਡਿਸਕਸ ਕਰ ਰਹੇ ਹਾਂ ਇਸ ਸੀਰੀਜ਼ ਦੇ ਵਿੱਚ ਠੀਕ ਹੈ ਇਹ ਜੋ ਸੀਰੀਜ਼ ਹੈ ਬਿਲਕੁਲ ਫ੍ਰੀ ਆਫ ਕਾਸਟ ਰਹੇਗੀ ਠੀਕ ਹੈ ਲਾਸਟ 10 ਦਿਨਾਂ ਦੇ ਲਈ ਜਿਹੜੀ ਇਹ ਸੀਰੀਜ਼ ਹੈ ਉਹ ਆਪਾਂ ਨੇ ਸਟਾਰਟ ਕੀਤੀ ਹੋਈ ਹੈ ਇਸ ਦਾ ਮੌਕ ਟੈਸਟ ਨੰਬਰ 1 ਆਪਾਂ ਨੇ ਕਵਰ ਕਰ ਲਿਆ ਇਹ ਸੈਪਟੈਂਬਰ 2 ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ ਮੇਰਾ ਨਾਮ ਹੈ ਮੋਹਿਤ ਕਰਕੋ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਨਾਲ ਨਾਲ ਤੁਹਾਨੂੰ ਸਾਰੇ ਕੁਐਸਚਨਸ ਨੂੰ ਖੁਦ ਵੀ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨੀ ਆ ਸਭ ਤੋਂ ਪਹਿਲਾ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਹੈ ਸੰਗੋਲ ਐਸੋਸੀਏਟਿਡ ਵਿਦ ਦਾ ਇੰਡਸ ਵੈਲੀ ਸਿਵਿਲੇਸ਼ਨ ਇਜ਼ ਇਨ ਦਾ ਡਿਸਟ੍ਰਿਕਟ ਆਫ ਯਾਨੀ ਜੋ ਸੰਗੋਲ ਹੈ ਇਹ ਐਸੋਸੀਏਟ ਹੈ ਕਿਸ ਦੇ ਨਾਲ ਇੰਡਸ ਵੈਲੀ ਸਿਵਿਲੇਸ਼ਨ ਦੇ ਨਾਲ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਕਿਸ ਜ਼ਿਲ੍ਹੇ ਦੇ ਵਿੱਚ ਠੀਕ ਹੈ ਯਾਨੀ ਇਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਜ਼ਿਲ੍ਹੇ ਦਿੱਤੇ ਗਏ ਨੇ ਚਾਰ ਦੇ ਚਾਰ ਆਪਾਂ ਨੂੰ ਪੁੱਛਿਆ ਗਿਆ ਹੈ ਜੋ ਸੰਘੋਲ ਹੈ ਇਹ ਇੰਡਸ ਵੈਲੀ ਸਿਵਿਲੇਸ਼ਨ ਦੇ ਨਾਲ ਅਸੋਸੀਏਟ ਹੈ ਠੀਕ ਹੈ ਬਟ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਕਿਸ ਜ਼ਿਲ੍ਹੇ ਦੇ ਵਿੱਚ ਪਟਿਆਲੇ ਦੇ ਵਿੱਚ ਹੈ ਲੁਧਿਆਣੇ ਦੇ ਵਿੱਚ ਰੂਪਨਗਰ ਦੇ ਵਿੱਚ ਜਾਂ ਫਿਰ ਫਤਿਹਗੜ ਸਾਹਿਬ ਦੇ ਵਿੱਚ ਠੀਕ ਹੈ ਜੋ ਸੰਘੋਲ ਹੈ ਇਹ ਇੱਕ ਸਾਈਟ ਹੈ ਇੰਡਸ ਵੈਲੀ ਸਿਵਿਲੇਸ਼ਨ ਦੀ ਔਰ ਇਹ ਲੋਕੇਟਡ ਹੈ ਕਿੱਥੇ ਫਤਿਹਗੜ ਸਾਹਿਬ ਦੇ ਵਿੱਚ ਇਸ ਕੁਸ਼ਨ ਦਾ ਜਿਹੜਾ ਸਹੀ ਉੱਤਰ ਬਣ ਜੇਗਾ ਆਪਣਾ ਉਹ ਬਣ ਜੇਗਾ ਫਤੇਗੜ ਸਾਹਿਬ ਡੀ অপਸ਼ਨ which of the following ornament is not worn by women of Punjab on forehead ਯਾਨੀ ਆਪਾਂ ਨੂੰ ਪੁੱਛਿਆ ਗਿਆ ਹੈ ਇਹਨਾਂ ਦੇ ਵਿੱਚ ਉਹ ਕਿਹੜਾ ਔਰਨਾਮੈਂਟ ਹੈ ਜੋ ਔਮਨਸ ਦੇ ਦੁਆਰਾ ਜੋ ਫੋਰਹੈਡ ਦੇ ਉੱਪਰ ਨਹੀਂ ਪਹਿਨਿਆ ਜਾਂਦਾ ਉਹ ਕਿਹੜਾ ਔਰਨਾਮੈਂਟ ਹੈ ਇਹਨਾਂ ਦੇ ਵਿੱਚੋਂ ਇਹ ਚਾਰ ਆਪਸ਼ਨ ਤੁਸੀਂ ਦੇਖ ਸਕਦੇ ਹੋ A B C ਐਂਡ D ਇਸ ਕੁਸ਼ਨ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਉਹ ਕੀ ਹੈ ਉਹ ਹੈ ਮੋਲੀ ਜੋ ਮੌਲੀ ਔਰਨਾਮੈਂਟ ਹੈ ਪੰਜਾਬ ਦੇ ਵਿੱਚ ਪਹਿਨਿਆ ਜਾਂਦਾ ਹੈ ਊਮਨਸ ਦੇ ਦੁਆਰਾ ਇਹ ਫੋਰਹੈਡ ਦੇ ਨਹੀਂ ਪਹਿਨਿਆ ਜਾਂਦਾ ਇਹ ਪਹਿਨਿਆ ਜਾਂਦਾ ਹੈ ਹੈੱਡ ਦੇ ਉੱਪਰ ਠੀਕ ਹੈ ਇਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਬਣੇਗਾ ਆਪਣਾ ਉਹ ਬਨੇਗਾ ਮੌਲੀ ਜੋ ਮੌਲੀ ਹੈ ਇਹ ਪੰਜਾਬ ਦਾ ਇੱਕ ਔਰਨਾਮੈਂਟ ਹੈ ਊਮਨਸ ਦੇ ਦੁਆਰਾ ਹੀ ਪਹਿਨਿਆ ਜਾਂਦਾ ਬਟ ਇਹ ਹੈੱਡ ਦੇ ਉੱਪਰ ਪਹਿਨਿਆ ਜਾਂਦਾ ਆਪਾਂ ਨੂੰ ਕੀ ਪੁੱਛਿਆ ਇਹਨਾਂ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਫੋਰਹੈਡ ਦੇ ਉੱਪਰ ਕਿਹੜਾ ਔਰਨਾਮੈਂਟ ਹੈ ਜਿਹੜਾ ਪਹਿਨਿਆ ਨਹੀਂ ਜਾਂਦਾ ਉਹ ਕਿਹੜਾ ਹੈ ਮੌਲੀ ਕਿਉਂਕਿ ਜਿਹੜਾ ਮੌਲੀ ਹੈ ਇਹ ਫੋਰਹੈਡ ਤੇ ਨਹੀਂ ਪਹਿਨਿਆ ਜਾਂਦਾ ਇਹ ਹੈੱਡ ਤੇ ਪਹਿਨਿਆ ਜਾਂਦਾ ਠ ਇਸ ਕਰਕੇ ਜਿਹੜਾ ਆਨਸਰ ਬਨੇਗਾ ਆਪਣਾ ਉਹ ਬਨੇਗਾ ਮੌਲੀ ਸੀ ਆਪਸ਼ਨ ਬਾਕੀ ਤਿੰਨੋਂ ਦੇ ਤਿੰਨ ਜਿਹੜੇ ਔਰਨਾਮੈਂਟ ਦਿੱਤੇ ਨੇ ਆਪਾਂ ਨੂੰ ਇਹ ਤਿੰਨੋਂ ਪੰਜਾਬ ਦੇ ਵਿੱਚ ਔਮੈਨਸ ਦੇ ਦੁਆਰਾ ਫੋਰਹੈਡ ਤੇ ਹੀ ਪਹਿਨੇ ਜਾਂਦੇ ਨੇ ਠੀਕ ਹੈ ਦਮਣੀ ਵਰਵਾਟਾ ਤੇ ਕਸਕਾ ਤਿੰਨੋਂ ਦੇ ਤਿੰਨੋਂ ਪਹਿਨੇ ਜਾਂਦੇ ਨੇ ਫੋਰਹੈਡ ਦੇ ਉੱਪਰ ਇਸ ਦਾ ਆਨਸਰ ਬਨੇਗਾ ਸੀ ਆਪਸ਼ਨ ਮੌਲੀ ਗੁਗਨੋਮੀ ਫੇਅਰ ਇਜ਼ ਹੈਲਡ ਇਨ ਦਾ ਮੰਥ ਆਫ ਜੋ ਗੁਗਨੋਮੀ ਫੇਅਰ ਹੈ ਠੀਕ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਕਿਸ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਠੀਕ ਹੈ ਇਹ ਜੋ ਗੁਗਾ ਨੌਮੀ ਦਾ ਫੈਸਟੀਵਲ ਹੈ ਇਹ ਕਿਸ ਮਹੀਨੇ ਦੇ ਵਿੱਚ ਆਉਂਦਾ ਹੈ ਸਾਵਨ ਦੇ ਵਿੱਚ ਜੇਠ ਦੇ ਵਿੱਚ ਭਾਦੋਂ ਦੇ ਵਿੱਚ ਜਾਂ ਫਿਰ ਫਗਣ ਦੇ ਵਿੱਚ ਇਸ ਕੁਸ਼ਚਨ ਦਾ ਸਹੀ ਉੱਤਰ ਹੈ ਆਪਣਾ ਭਾਦੋਂ ਠੀਕ ਹੈ ਭਾਦੋਂ ਦੇ ਮਹੀਨੇ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਜੋ ਗੁਗਾ ਨੌਮੀ ਦਾ ਫੈਸਟੀਵਲ ਹੈ ਫੇਅਰ ਹੈ ਇਸ ਕੁਸ਼ਚਨ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਉਹ ਹੈ ਸੀ ਆਪਸ਼ਨ ਭਾਦੋਂ ਵਿਚ ਆਫ ਦ ਫੋਲੋਇੰਗ ਕਰੈਕਟਲੀ ਕਨਸਟੀਟਿਊਟਸ ਦਾ ਥਰੀ ਆਰਗਨਸ ਆਫ ਦਾ ਗਵਰਨਮੈਂਟ ਯਾਨੀ ਆਪਾਨੂੰ ਪੁੱਛਿਆ ਗਿਆ ਹੈ ਇਹਨਾਂ ਦੇ ਵਿੱਚੋਂ ਕਿਹੜੇ ਤਿੰਨ ਆਰਗਨਸ ਨੇ ਗਵਰਨਮੈਂਟ ਦੇ ਠੀਕ ਹੈ ਇਹ ਆਪਾਨੂੰ ਕਰੈਕਟਲੀ ਪੁੱਛਿਆ ਗਿਆ ਹੈ ਜੋ ਕਰੈਕਟਲੀ ਤਿੰਨ ਆਰਗਨਸ ਨੇ ਗਵਰਨਮੈਂਟ ਦੇ ਉਹ ਪੁੱਛਿਆ ਗਿਆ ਹੈ ਕਿਹੜੇ-ਕਿਹੜੇ ਨੇ ਠੀਕ ਹੈ ਆਪਸ਼ਨ ਤੁਸੀਂ ਦੇਖ ਸਕਦੇ ਹੋ A B C ਐਂਡ D ਇਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਉਹ ਹੈ ਐਗਜ਼ੀਕਿਊਟਿਵ ਲੈਜਿਸਲੇਚਰ ਤੇ ਜੁਡੀਸ਼ਰੀ ਠੀਕ ਹੈ ਜੁਡੀਸ਼ਰੀ ਦੇ ਵਿੱਚ ਹਾਈ ਕੋਰਟ ਆ ਗਿਆ ਸੁਪਰੀਮ ਕੋਰਟ ਆ ਗਿਆ ਠੀਕ ਹੈ ਇਹ ਆਪਣੇ ਕੋਲ ਜੁਡੀਸ਼ਰੀ ਦੇ ਵਿੱਚ ਆ ਗਏ ਤੇ ਲੈਜਿਸਲੇਚਰ ਦੇ ਵਿੱਚ ਆਪਣੇ ਕੋਲ ਜੋ ਕਾਨੂੰਨ ਬਣਾਉਂਦੇ ਨੇ ਠੀਕ ਹੈ ਤੇ ਐਗਜ਼ੀਕਿਊਟਿਵ ਦੇ ਵਿੱਚ ਜੋ ਐਗਜ਼ੀਕਿਊਟ ਕਰਦੇ ਨੇ ਲਾਗੂ ਕਰਦੇ ਨੇ ਠੀਕ ਹੈ ਇਸ ਕੁਸ਼ਚਨ ਦਾ ਜਿਹੜਾ ਸਹੀ ਉੱਤਰ ਬਣ ਜੇਗਾ ਆਪਣਾ ਉਹ ਬਣ ਜੇਗਾ ਵੀ ਆਪਸ਼ਨ ਐਗਜ਼ੀਕਿਊਟਿਵ ਲੈਜਿਸਲੇਚਰ ਤੇ ਜੁਡੀਸ਼ਰੀ ਇਸ ਦਾ ਆਨਸਰ ਬਣ ਜੇਗਾ ਆਪਣਾ ਵੀ ਆਪਸ਼ਨ ਧਕਾਏਗਾ اٹੋਮਿਕ ਪਾਵਰ ਸਟੇਸ਼ਨ ਇਜ਼ ਸਿਚੁਏਟਿਡ ਇਨ ਦਾ ਇੰਡੀਅਨ ਸਟੇਟ ਆਫ ਯਾਨੀ ਆਪਾਂ ਨੂੰ ਪੁੱਛਿਆ ਗਿਆ ਹੈ ਇੱਕ ਪਾਵਰ ਸਟੇਸ਼ਨ ਦਾ ਨਾਮ ਦਿੱਤਾ ਗਿਆ ਆਪਾਂ ਨੂੰ ਕਾਏਗਾ اٹੋਮਿਕ ਪਾਵਰ ਸਟੇਸ਼ਨ ਆਪਾਂ ਨੂੰ ਪੁੱਛਿਆ ਗਿਆ ਹੈ ਇੰਡੀਆ ਦੀ ਕਿਹੜੀ ਸਟੇਟ ਦੇ ਵਿੱਚ ਲੋਕੇਟਿਡ ਹੈ ਯੂਪੀ ਦੇ ਵਿੱਚ ਕਰਨਾਟਕ ਦੇ ਵਿੱਚ ਬਿਹਾਰ ਦੇ ਵਿੱਚ ਜਾਂ ਫਿਰ ਉੱਤਰਾਖੰਡ ਦੇ ਵਿੱਚ ਕਾਇਗਾ ਐਟੋਮਿਕ ਪਾਵਰ ਸਟੇਸ਼ਨ ਜੋ ਹੈ ਇਹ ਲੋਕੇਟਿਡ ਹੈ ਕਰਨਾਟਕਾ ਸਟੇਟ ਦੇ ਵਿੱਚ ਇਸ ਦਾ ਆਨਸਰ ਬਣੇਗਾ ਆਪਣਾ ਬੀ ਆਪਸ਼ਨ ਕਰਨਾਟਕਾ ਦੇ ਵਿੱਚ ਸਿਟਿਉਟਿਡ ਹੈ ਕਿਹੜਾ ਪਾਵਰ ਸਟੇਸ਼ਨ ਇਸ ਦਾ ਨਾਮ ਹੈ ਕਾਇਗਾ ਐਟੋਮਿਕ ਪਾਵਰ ਸਟੇਸ਼ਨ ਇਸ ਦਾ ਆਨਸਰ ਬਣੇਗਾ ਆਪਣਾ ਬੀ ਆਪਸ਼ਨ ਕਰਨਾਟਕਾ विच ऑफ़ द फॉलिंग मैटल वॉज़ द फस्ट डिस्कवर्ड बाय मैन यानी अपन पूछा गया है कि मेटल है जो पहली बार डिस्कवर की गई यानी पहली मेटल केड़ी है जिसन डिस्कवर किया गया से ठीक है फस्ट मैटल केड़ी है जो डिस्कवर की गई सी किस मैन के द्वारा कॉपर सिल्वर आयरन या फिर ब्रोंस य है कॉपर जो कॉपर है यह एक मैटल जो कि डिस्कवर की गई है किसे मैन के द्वारा यह पहली मैटल है इस दसर बन जाएगा अपना कोपर एप्शन the largest river island mazuli is on the brahmaputra river of the world is in یعنی ਆਪਾਂ ਨੂੰ ਪੁੱਛਿਆ ਗਿਆ ਹੈ ਜੋ ਲਾਰਜੇਸਟ ਰਿਵਰ ਆਈਲੈਂਡ ਹੈ ਮਾਜ਼ੂਲੀ ਆਈਲੈਂਡ ਹੈ ਠੀਕ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਕਿਹੜੀ ਸਟੇਟ ਦੇ ਵਿੱਚ ਹੈ ਇਹ ਵਰਲਡ ਦਾ ਲਾਰਜੇਸਟ ਆਈਲੈਂਡ ਹੈ ਤੇ ਆਪਾਂ ਨੇ ਵੀ ਯਾਦ ਰੱਖਣਾ ਹੈ ਕਾਫੀ ਵਾਰੀ ਆਪਾਂ ਨੂੰ ਇਹ ਵੀ ਪੁੱਛਿਆ ਜਾਂਦਾ ਹੈ ਕਿਹੜੀ ਰਿਵਰ ਦੇ ਉੱਪਰ ਹੈ ਤਾਂ ਆਪਾਂ ਨੇ ਇਹ ਵੀ ਯਾਦ ਰੱਖਣਾ ਹੈ ਇਹ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੈ ਠੀਕ ਹੈ ਬ੍ਰਹਮਪੁੱਤਰ ਰਿਵਰ ਦੇ ਉੱਪਰ ਇਹ ਆਈਲੈਂਡ ਹੈ ਜਿਸ ਦਾ ਨਾਮ ਕੀ ਹੈ ਮਾਜ਼ੂਲੀ ਆਈਲੈਂਡ ਆਪਾਂ ਨੂੰ ਪੁੱਛਿਆ ਗਿਆ ਹੈ ਕਿਹੜੀ ਸਟੇਟ ਦੇ ਵਿੱਚ ਇੰਡੀਆ ਦੇ ਵਿੱਚ ਅਸਾਮ ਦੇ ਵਿੱਚ ਹੈ ਸਿੱਕਿਮ ਦੇ ਵਿੱਚ ਹੈ ਨਾਗaland ਦੇ ਵਿੱਚ ਹੈ ਜਾਂ ਫਿਰ ਕੇਰਲਾ ਦੇ ਵਿੱਚ ਇਹ ਲੋਕੇਟਡ ਹੈ ਅਸਾਮ ਸਟੇਟ ਦੇ ਵਿੱਚ ਅਨਸਰ ਬਣ ਜੇਗਾ ਇਸ ਕੁਐਸਚਨ ਦਾ ਆਪਣਾ ਅਸਾਮ ਇਹ ਵੀ ਯਾਦ ਰੱਖਣਾ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੈ ਅਨਸਰ ਬਣ ਜੇਗਾ ਏ ਆਪਸ਼ਨ ਅਸਾਮ ਅਗਰ ਆਪਾਂ ਨੂੰ ਪੁੱਛਿਆ ਜਾਵੇ ਜੋ ਸਮੋਲੇਸਟ ਜੋ ਰਿਵਰ ਆਈਲੈਂਡ ਹੈ ਉਹ ਕਿਹੜਾ ਹੈ ਸਮੋਲੇਸਟ ਆਈਲੈਂਡ ਤਾਂ ਆਪਾਂ ਨੇ ਉਹ ਵੀ ਯਾਦ ਰੱਖਣਾ ਹੈ ਕਾਫੀ ਵਾਰੀ ਆਪਾਂ ਨੂੰ ਇਹ ਵੀ ਪੁੱਛਿਆ ਗਿਆ ਹੈ ਐਗਜ਼ਾਮ ਦੇ ਵਿੱਚ ਠੀਕ ਹੈ ਇਸ ਦਾ ਨਾਮ ਹੈ ਓਮਨੰਦਾ ਆਈਲੈਂਡ ਓਮਨੰਦਾ ਆਇਲੈਂਡ ਉਮਨੰਦਾ ਜੋ ਆਇਲੈਂਡ ਹੈ ਇਹ ਵੀ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੀ ਹੈ ਠੀਕ ਹੈ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੀ ਜਿਹੜਾ ਹੈ ਇਹ ਆਇਲੈਂਡ ਬਣਿਆ ਹੈ ਇਹ ਸਮਾਲੈਸਟ ਆਇਲੈਂਡ ਦਾ ਪੂਰੇ ਵਰਲਡ ਦਾ ਤੇ ਅਸਾਮ ਦੇ ਵਿੱਚ ਹੀ ਲੋਕੇਟਡ ਹੈ ਯਾਨੀ ਆਪਾਂ ਨੂੰ ਯਾਦ ਕਰਨਾ ਸੌਖਾ ਹੋ ਗਿਆ ਕਿ ਜੋ ਲਾਰਜੈਸਟ ਆਇਲੈਂਡ ਹੈ ਮਾਜ਼ੂਲੀ ਹੈ ਉਹ ਵੀ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੈ ਤੇ ਅਸਾਮ ਦੇ ਵਿੱਚ ਹੀ ਹੈ ਤੇ ਸਮਾਲੈਸਟ ਜਿਹੜਾ ਆਇਲੈਂਡ ਹੈ ਉਸ ਦਾ ਨਾਮ ਹੈ ਉਮਨੰਦਾ ਆਇਲੈਂਡ ਤੇ ਇਹ ਵੀ ਬ੍ਰਹਮਪੁੱਤਰ ਰਿਵਰ ਦੇ ਉੱਪਰ ਹੀ ਹੈ ਔਰ ਅਸਾਮ ਦੇ ਵਿੱਚ ਹੀ ਹੈ ਠੀਕ ਹੈ ਦੋਨੋਂ ਆਪਣੀ ਯਾਦ ਕਰਨੇ ਸੌਖੇ ਹੋਗੇ ਇਸ ਦਾ ਅਨਸਰ ਬਣੇਗਾ ਆਪਣਾ ਏ ਆਪਸ਼ਨ ਅਸਾਮ ਦ ਫਰਸਟ ਔਮਨ ਟੂ ਕਲਾਈਮ ਮਾਉਂਟ ਐਵਰੇਸਟ ਵਾਸ ਯਾਨੀ ਫਰਸਟ ਔਮਨ ਕੌਨਸੀ ਜਿਸ ਦੇ ਦੁਆਰਾ ਮਾਉਂਟ ਐਵਰੇਸਟ ਨੂੰ ਕਲਾਈਮ ਕੀਤਾ ਗਿਆ ਸੀ ਇਹ ਪੁੱਛਿਆ ਗਿਆ ਆਪਣੀ ਇਸ ਕੁਸ਼ਨ ਦੇ ਵਿੱਚ ਆਪਸ਼ਨ ਤੁਸੀਂ ਦੇਖ ਸਕਦੇ ਹੋ ਏ ਬੀ ਸੀ ਐਂਡ ਡੀ ਜੋ ਫਰਸਟ ਔਮਨ ਸੀ ਜਿਸ ਦੇ ਦੁਆਰਾ ਮਾਉਂਟ ਐਵਰੇਸਟ ਨੂੰ ਕਲਾਈਮ ਕੀਤਾ ਗਿਆ ਸੀ ਉਸ ਦਾ ਨਾਮ ਹੈ ਜੁਨਕੋ ਤੇਬਈ ਇਸ ਦਾ ਅਨਸਰ ਬਣ ਜੇਗਾ ਆਪਣਾ ਸੀ ਆਪਸ਼ਨ ਜੁਨਕੋ ਤੇਬਈ ਅਗਰ ਆਪ ਨੂੰ ਪੁੱਛਿਆ ਜਾਵੇ ਫਰਸਟ ਪਰਸਨ ਕੌਣ ਸੀ ਫਰਸਟ ਪਰਸਨ ਪਹਿਲੇ ਵਿਅਕਤੀ ਕੌਣ ਸੀ ਜਿਨ੍ਹਾਂ ਦੇ ਦੁਆਰਾ ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੇਸਟ ਨੂੰ ਤਾਂ ਆਪਾਂ ਨੇ ਉਹ ਵੀ ਯਾਦ ਰੱਖਣਾ ਹੈ ਸਰ ਐਡਮੰਡ 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 ਹਿਲਾਰੇ ਸਰ ਐਡਮੰਡ ਹਿਲਾਰੇ ਇਹ ਪਹਿਲੇ ਵਿਅਕਤੀ ਸੀ ਪਹਿਲੇ ਪਰਸਨ ਸੀ ਜਿਨ੍ਹਾਂ ਦੇ ਦੁਆਰਾ ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੇਸਟ ਨੂੰ ਠੀਕ ਹੈ ਅਗਰ ਪੁੱਛਿਆ ਜਾਵੇ ਫਰਸਟ ਇੰਡੀਅਨ ਕੌਣ ਸੀ ਫਰਸਟ ਇੰਡੀਅਨ ਫਰਸਟ ਇੰਡੀਅਨ ਪਰਸਨ ਕੌਨ ਸੀ ਜਿਨ੍ਹਾਂ ਦੇ ਦੁਆਰਾ ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੈਸਟ ਨੂੰ ਤਾਂ ਆਪਾਂ ਨੇ ਉਹ ਵੀ ਯਾਦ ਰੱਖਣਾ ਹੈ ਅਵਤਾਰ ਸਿੰਘ ਚੀਮਾ ਅਵਤਾਰ ਸਿੰਘ ਚੀਮਾ ਠੀਕ ਹੈ ਅਵਤਾਰ ਸਿੰਘ ਚੀਮਾ ਇਹ ਪਹਿਲੇ ਇੰਡੀਅਨ ਸੀ ਜਿਨ੍ਹਾਂ ਦੇ ਦੁਆਰਾ ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੈਸਟ ਨੂੰ ਤੇ ਅਗਰ ਪੁੱਛਿਆ ਜਾਵੇ ਫਰਸਟ ਇੰਡੀਅਨ ਊਮਨ ਕੌਣ ਹੈ ਫਰਸਟ ਇੰਡੀਅਨ ਊਮਨ ਕੌਣ ਹੈ ਜਿਸ ਦੇ ਦੁਆਰਾ ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੈਸਟ ਨੂੰ ਮਾਉਂਟ ਐਵਰੈਸਟ ਜੋ ਹੈ ਇਹ ਨੇਪਾਲ ਦੇ ਵਿੱਚ ਲੋਕੇਟਿਡ ਹੈ ਠੀਕ ਹੈ ਸਾਗਰ ਮਠ ਦੇ ਨਾਮ ਦੇ ਨਾਲ ਵੀ ਜਾਣੇ ਜਾਂਦੇ ਇਸ ਨੂੰ ਮਾਉਂਟ ਐਵਰੈਸਟ ਨੂੰ ਫਰਸਟ ਇੰਡੀਅਨ ਔਮਨ ਕੌਨ ਸੀ ਇਸ ਦਾ ਨਾਮ ਹੈ ਵਿਚੰਦਰੀ ਪਾਲ ਵਿਚੰਦਰੀ ਪਾਲ ਫਰਸਟ ਇੰਡੀਅਨ ਔਮਨ ਸੀ ਜਿਸ ਤੀ ਦौरा ਕਲਾਈਮ ਕੀਤਾ ਗਿਆ ਸੀ ਮਾਉਂਟ ਐਵਰੈਸਟ ਨੂੰ ਵਿਚੰਦਰੀ ਪਾਲ ਦੇ ਦੁਆਰਾ ਠੀਕ ਹੈ ਇਹ ਵੀ ਪੁੱਛੇਗੇ ਨੇ ਕਾਫੀ ਵਾਰੀ ਆਪਾਂ ਨੂੰ ਇਗਜ਼ਾਮ ਦੇ ਵਿੱਚ ਇਹ ਵੀ ਆਪਾਂ ਨੇ ਯਾਦ ਰੱਖਣੇ ਨੇ ਹਾਂਸ ਬਣ ਜੇਗਾ ਸੀ ਆਪਸ਼ਨ ਜੁਣ ਕੋ ਤੇ ਬਈ ਹੂ ਅਮੰਗੇਸ ਦ ਫੋਲੋਇੰਗ ਵਿਲ ਹੈਡ ਦ ਐਕਸਪਰਟ ਕਮੇਟੀ ਵਿਚ ਹੈਸ ਬੀਨ ਰੀਸੈਂਟਲੀ ਕੰਸਟੀਟਿਊਟਿਡ ਬਾਈ Central Government to suggest ways for scaling up of venture capital and private equity investments yani appan nu puchya gaya hai ek expert committee jedi us da gathan kita gaya hai kendra sarkar de dwara central government de dwara eh jo committee hai de head kon honge eh jo committee hai eh suggestion degi kis de related eh suggestion degi venture capital te private equity investments de upar eh apni suggestion degi theek hai eh jo committee hai is committee de head kon honge ਇਸ ਕਮੇਟੀ ਦੇ ਜਿਹੜੇ ਹੈੱਡ ਹੋਣਗੇ ਉਹਨਾਂ ਦਾ ਨਾਮ ਪੁੱਛਿਆ ਗਿਆ ਆਪਾਂ ਨੂੰ ਆਪਸ਼ਨ ਤੁਸੀਂ ਦੇਖ ਸਕਦੇ ਹੋ ਅਹਿਮਦ ਅਮੋਦਰਨ ਆਇਸ਼ੀਸ਼ ਵਰਮਾ ਪੋਨਮ ਗੁਪਤਾ ਜਾਫਰ ਪੀ ਆਰ ਆਚਾਰਿਆ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਣਾ ਅਹਿਮਦ ਅਮੋਦਰਨ ਯਾਨੀ ਇਸ ਕਮੇਟੀ ਦਾ ਨਾਮ ਕੀ ਹੈ ਅਹਿਮਦ ਅਮੋਦਰਨ ਕਮੇਟੀ ਹੈ ਇਹ ਜੋ ਕਮੇਟੀ ਹੈ ਇਹ ਸੁਜੈਸ਼ਨ ਦੇਗੀ ਵੈਂਚਰ ਕੈਪੀਟਲ ਐਂਡ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟਸ ਦੇ ਰਿਲੇਟਡ ਇਸ ਆਨਸਰ ਬਣੇਗਾ ਆਪਣਾ ਏ ਆਪਸ਼ਨ ਐਮ ਦ ਅਮੋਦਰਨ ਕਮੇਟੀ ਰੀਸੈਂਟਲੀ ਸੂਰਾ ਰਏ ਪੋਟਰੂ ਰਿਸੀਵਡ ਦਾ ਬੈਸਟ ਫੀਚਰ ਫਿਲਮ ਅਵਾਰਡ ਇਨ 68th ਨੈਸ਼ਨਲ ਫਿਲਮ ਅਵਾਰਡਸ ਇਟ ਇਜ਼ ਇਨ ਵਿਚ ਆਫ ਦਾ ਫਾਲੋਇੰਗ ਲੈਂਗੁਏਜਸ ਯਾਨੀ ਆਪਾਂ ਨੂੰ ਪੁੱਛਿਆ ਗਿਆ ਹੈ ਜੋ ਬੈਸਟ ਫੀਚਰ ਫਿਲਮ ਅਵਾਰਡ ਹੈ ਜਿਹੜਾ ਉਹ ਦਿੱਤਾ ਗਿਆ ਹੈ ਜੋ ਰੀਸੈਂਟਲੀ 68th ਨੈਸ਼ਨਲ ਫਿਲਮ ਅਵਾਰਡਸ ਹੋਏ ਨੇ ਇਸ ਦੇ ਵਿੱਚ ਜੋ ਬੈਸਟ ਫੀਚਰ ਫਿਲਮ ਦਾ ਜਿਹੜਾ ਅਵਾਰਡ ਹੈ ਉਹ ਕਿਹਨੂੰ ਦਿੱਤਾ ਗਿਆ ਹੈ ਸੂਰਾ ਰਾਏ ਪੋਟਰ ਨੂੰ ਦਿੱਤਾ ਗਿਆ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਜੋ ਫਿਲਮ ਹੈ ਕਿਹੜੀ ਲੈਂਗੁਏਜ ਦੇ ਵਿੱਚ ਜਿਹੜੀ ਹੈ ਬਣਾਈ ਗਈ ਹੈ ਇਹ ਜਿਹੜੀ ਫਿਲਮ ਹੈ ਕੰਨੜ ਦੇ ਵਿੱਚ ਮਲਿਆਲਮ ਦੇ ਵਿੱਚ ਤੇਲਗੂ ਦੇ ਵਿੱਚ ਜਾਂ ਫਿਰ ਤਮਿਲ ਦੇ ਵਿੱਚ ਸੂਰਾ ਰਾਏ ਪੋਟਰੂ ਜੋ ਹੈ ਇਸ ਦੇ ਦੁਆਰਾ ਬੈਸਟ ਫੀਚਰ ਫਿਲਮ ਦਾ ਅਵਾਰਡ ਜਿੱਤਿਆ ਗਿਆ ਹੈ ਔਰ ਇਹ ਇੱਕ ਫਿਲਮ ਹੈ ਤਮਿਲ ਲੈਂਗੁਏਜ ਦੀ ਅਨਸਰ ਬਣ ਜੇਗਾ ਇਸ ਕੁਸ਼ਨ ਦਾ ਆਪਣਾ ਬੀ ਆਪਸ਼ਨ ਤਮਿਲ ਲੈਂਗੁਏਜ ਠੀਕ ਹੈ ਇਸ ਦੇ ਵਿੱਚ ਆਪਾਂ ਨੇ ਦੋ ਤਿੰਨ ਚੀਜ਼ਾਂ ਹੋਰ ਯਾਦ ਰੱਖਣੀਆਂ ਨੇ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦੇ ਨੇ ਐਗਜ਼ਾਮ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹ ਕੁਸ਼ਨ ਬਣ ਸਕਦਾ ਜਿਹੜੀ ਬੈਸਟ ਫੀਚਰ ਫਿਲਮ ਹੈ ਜਿਹੜੀ ਉਹ ਕਿਹੜੀ ਸਿਲੈਕਟ ਕੀਤੀ ਗਈ ਹੈ ਨੈਸ਼ਨਲ ਫਿਲਮ ਅਵਾਰਡਸ ਜਿਹੜੇ ਹੋਏ ਨੇ 68th ਐਡੀਸ਼ਨ ਦੇ ਤਾਂ ਆਪਾਂ ਨੇ ਯਾਦ ਰੱਖਣਾ ਸੂਰ ਰਾਇ ਪੋਟੂ ਜਿਹੜੀ ਫਿਲਮ ਹੈ ਇਹ ਬੈਸਟ ਫੀਚਰ ਫਿਲਮ ਹੈ ਜਿਹੜੀ ਸਿਲੈਕਟ ਕੀਤੀ ਗਈ ਹੈ ਪਹਿਲਾ ਕੁਸ਼ਣ ਆਪਣਾ ਹੀ ਬਣ ਸਕਦਾ ਹੈ ਆਪਾਂ ਨੇ ਯਾਦ ਰੱਖਣਾ ਦੂਜਾ ਕੁਸ਼ਣ ਕਿਹੜੀ ਲੈਂਗੁਏਜ ਦੇ ਵਿੱਚ ਫਿਲਮ ਬਣਾਈ ਗਈ ਹੈ ਤਮਿਲ ਦੇ ਵਿੱਚ ਬਣਾਈ ਗਈ ਹੈ ਇਹ ਵੀ ਆਪਾਂ ਨੇ ਯਾਦ ਰੱਖਣਾ ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਜਾਊਗਾ ਬੈਸਟ ਐਕਟਰ ਦਾ ਜਿਹੜਾ ਅਵਾਰਡ ਕਿਹਨੂੰ ਮਿਲਿਆ ਬੈਸਟ ਐਕਟਰ ਦਾ ਜਿਹੜਾ ਅਵਾਰਡ ਹੈ ਇਹ ਦੋ ਪਰਸਨਸ ਨੂੰ ਮਿਲਿਆ ਇੱਕ ਮਿਲਿਆ ਹੈ ਸੂਰਿਆ ਨੂੰ ਸੂਰਿਆ ਤੇ ਦੂਸਰੇ ਪਰਸਨ ਨੇ ਅਜੇ ਦੇਵਗਨ ਯਾਨੀ ਦੂਸਰੇ ਐਕਟਰ ਕੌਣ ਸੂਰਿਆ ਐਂਡ ਅਜੇ ਦੇਵਗਨ ਇਹਨਾਂ ਦੋਨਾਂ ਨੂੰ ਬੈਸਟ ਐਕਟਰ ਦਾ ਜਿਹੜਾ ਅਵਾਰਡ ਹੈ ਉਹ ਦਿੱਤਾ ਗਿਆ ਹੈ ਇਹਨਾਂ 68th ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਠੀਕ ਹੈ ਅਗਰ ਆਪਾਂ ਗੱਲ ਕਰੀਏ ਬੈਸਟ ਐਕਟ੍ਰੈਸ ਦਾ ਅਵਾਰਡ ਕਿਹਨੂੰ ਮਿਲਿਆ ਬੈਸਟ ਐਕਟ੍ਰੈਸ ਦਾ ਤਾਂ ਉਸ ਦਾ ਅਨਸਰ ਹੋਵੇਗਾ ਆਪਣਾ ਅਪਰਨਾ ਬਾਲਮੁਰਾਲੀ ਬਾਲਾਮੁਰਾਲੀ ਠੀਕ ਹੈ ਅਪਰਨਾ ਬਾਲਮੁਰਾਲੀ ਜਿਉ ਨੇ ਇਹਨਾਂ ਨੂੰ ਬੈਸਟ ਐਕਟ੍ਰੈਸ ਦਾ ਜਿਹੜਾ ਅਵਾਰਡ ਹੈ ਉਹ ਦਿੱਤਾ ਗਿਆ ਹੈ ਇਹ ਤਿੰਨ ਚਾਰ ਕੁਐਸਚਨ ਜਿਹੜੇ ਆਪਾਂ ਨੇ ਐਗਜ਼ਾਮ ਦੇ ਵਿੱਚ ਬਣ ਸਕਦੇ ਨੇ 68th ਨੈਸ਼ਨਲ ਫਿਲਮ ਅਵਾਰਡਸ ਤੋਂ ਅਨਸਰ ਬਣੇਗਾ ਡੀ ਆਪਸ਼ਨ ਤਾਮਿਲ ਇਹ 10 ਕੁਐਸਚਨ ਸੀ ਆਪਣੇ ਜਿਹੜੇ ਜੀਕੇ ਦੇ ਆਪਾਂ ਨੇ ਕਵਰ ਕਰ ਲਏ ਜਿਸ ਦੇ ਵਿੱਚ ਦੋ ਕੁਐਸਚਨ ਆਪਾਂ ਨੇ ਕਰੰਟ ਫੇਸ ਦੇ ਵੀ ਕਵਰ ਕਰ ਲਏ ਡਿਟੇਲ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਪਾਂ ਰੀਜ਼ਨਿੰਗ ਤੇ ਮੈਥ ਦੇ ਕੁਐਸਚਨਸ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ 11 ਨੰਬਰ ਕੁਐਸਚਨ ਆ 240 ਮੀਟਰ ਲੌਂਗ ਟ੍ਰੇਨ ਰਨਿੰਗ ਐਟ ਦ ਸਪੀਡ ਆਫ 60 ਕਿਲੋਮੀਟਰ ਪਰ ਹਾਰ ਵਿਲ ਟੇਕ ਹਾਊ ਮਚ ਟਾਈਮ ਟੂ ਕ੍ਰੋਸ another train of 270 meter long running in opposite direction at the speed of 48 kilometer per hour yani apan nu kya gaya hai ik jehdi train hai man lo eh ik train hai theek hai is jehdi lambai hai oh kinni hai 240 meter di hai theek hai 240 meter di te jehdi di speed hai oh kinni hai 60 kilometer prati ghanta 60 kilometer prati ghanta eh jehdi train hai is taraf ja rahi hai dusri jehdi train hai oh 270 ਮੀਟਰ ਦੀ ਲੰਬਾਈ ਹੈ ਇਸ ਟ੍ਰੇਨ ਦੀ ਤੇ ਇਸ ਦੀ ਜਿਹੜੀ ਸਪੀਡ ਹੈ ਉਹ ਕਿੰਨੀ ਹੈ 48 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਇਹ ਹੀ ਜਿਹੜੀ ਟ੍ਰੇਨ ਇਧਰ ਨੂੰ ਜਾ ਰਹੀ ਹੈ ਤੇ ਜਿਹੜੀ ਇਹ ਟ੍ਰੇਨ ਹੈ ਇਧਰ ਨੂੰ ਆ ਰਹੀ ਹੈ ਠੀਕ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਨੇ ਦੋਨੋਂ ਟ੍ਰੇਨਸ ਜਦੋਂ ਵੀ ਆਪਾਂ ਨੂੰ ਆਪੋਜ਼ਿਟ ਡਾਇਰੈਕਸ਼ਨਸ ਦੇ ਵਿੱਚ ਟ੍ਰੇਨਸ ਦਿੱਤੀਆਂ ਜਾਣ ਤਾਂ ਉਸ ਦੇ ਵਿੱਚ ਆਪਣੇ ਕੋਲ ਰਿਲੇਟਿਵ ਸਪੀਡ ਦਾ ਜਿਹੜਾ ਫਾਰਮੂਲਾ ਹੈ ਉਹ ਯੂਜ਼ ਕੀਤਾ ਜਾਊਗਾ ਠੀਕ ਹੈ ਰਿਲੇਟਿਵ ਸਪੀਡ ਦੇ ਵਿੱਚ ਆਪਾਂ ਨੂੰ ਜਿਹੜਾ ਡਿਸਟੈਂਸ ਹੈ ਉਹ ਵੀ ਆਪਾਂ ਨੂੰ ਰਿਲੇਟਿਵ ਹੀ ਜਿਹੜਾ ਹੈ ਕਨਸਿਡਰ ਕਰਨਾ ਪਊਗਾ ਠੀਕ ਹੈ ਜਦੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੇ ਨੇ ਤਾਂ ਆਪਾਂ ਕੀ ਕਰਦੇ ਹੁੰਦੇ ਆ ਐਡ ਕਰਦੇ ਹੁੰਦੇ ਆ 240 ਤੇ 270 ਕਿੰਨੇ ਹੋਗੇ 5 ਤੋਂ 510 ਮੀਟਰ ਠੀਕ ਹੈ 510 ਮੀਟਰ ਜਿਹੜਾ ਹੈ ਇਹਨਾਂ ਦੀ ਲੰਬਾਈ ਹੋਗੀ ਦੋਨਾਂ ਦੀ ਠੀਕ ਹੈ ਇਹ ਆਪਣੇ ਕੋਲ ਕੀ ਆ ਗਿਆ ਰਿਲੇਟਿਵ ਡਿਸਟੈਂਸ ਆ ਗਿਆ 510 ਮੀਟਰ ਦਾ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ ਆ ਚੁੱਕਿਆ ਠੀਕ ਹੈ ਔਰ ਇਹਨਾਂ ਦੀ ਜਿਹੜੀ ਸਪੀਡ ਹੈ ਰਿਲੇਟਿਵ ਸਪੀਡ ਹੈ ਉਹ ਕਿੰਨੀ ਆ ਗਈ ਇਹਨਾਂ ਦੀ ਰਿਲੇਟਿਵ ਸਪੀਡ ਹੈ ਜਿਹੜੀ ਉਹ ਕਿੰਨੀ ਆ ਚੁੱਕਿਆ 60.54 ਕਿੰਨਾ ਹੋ ਗਿਆ 108 ਇਹ ਜੋ ਹੈ ਆਪਣੇ ਕੋਲ 108 ਕਿਲੋਮੀਟਰ ਪ੍ਰਤੀ ਘੰਟਾ ਦੇ ਵਿੱਚ ਆ ਗਿਆ ਬਟ ਆਪਾਂ ਨੇ ਇਸ ਨੂੰ ਕਨਵਰਟ ਕਰਨਾ ਪਊਗਾ ਆਪਾਂ ਨੂੰ ਕਿਸ ਦੇ ਵਿੱਚ ਮੀਟਰ ਪਰ ਸੈਕਿੰਡ ਦੇ ਵਿੱਚ ਇਸ ਕਰਕੇ ਇਸ ਨੂੰ ਆਪਾਂ 5/18 ਦੇ ਨਾਲ ਮਲਟੀਪਲਾਈ ਕਰ ਦਾਂਗੇ 18 ਇੱਕ 18 18 ਪਾਈ 90 18 ਚ ਕਿ 108 6 ਨਾਲ ਕਰਤੇਗਾ 6 5 30 ਯਾਨੀ ਜੀ ਸਪੀਡ ਕਿ ਨਹੀਂ ਆ ਗਈ ਆਪਣੇ ਕੋਲ ਰਿਲੇਟਿਵ ਸਪੀਡ 30 ਮੀਟਰ ਪਰ ਸੈਕਿੰਡ ਯਾਨੀ ਨਾ ਜੀ ਜਿਹੜੀ ਆਪਣੇ ਕੋਲ ਸਪੀਡ ਆ ਚੁੱਕੀ ਹੈ ਰਿਲੇਟਿਵ ਸਪੀਡ ਉਹ ਕਿੰਨੀ ਆ ਚੁੱਕੀ ਹੈ 30 ਮੀਟਰ ਪਰ ਸੈਕਿੰਡ ਠੀਕ ਹੈ ਯਾਨੀ ਆਪਣੇ ਕੋਲ ਸਪੀਡ ਆ ਚੁੱਕਿਆ ਹੈ ਰੈਲੇਟਿਵ ਸਪੀਡ ਤੇ ਰੈਲੇਟਿਵ ਆਪਣੇ ਕੋਲ ਡਿਸਟੈਂਸ ਆ ਚੁੱਕਿਆ ਹੈ 510 ਮੀਟਰ ਦਾ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਟਾਈਮ ਕਰਨਾ ਹੈ ਕਿੰਨੇ ਟਾਈਮ ਦੇ ਵਿੱਚ ਇਹ ਦੋਨੋਂ ਇੱਕ ਦੂਜੇ ਨੂੰ ਕਰਾਸ ਕਰ ਜਾਣਗੀਆਂ ਇਹ ਪੁੱਛਿਆ ਗਿਆ ਸਪੀਡ ਇਕੁਅਲ ਟੂ ਕੀ ਹੁੰਦਾ ਡਿਸਟੈਂਸ ਓਵਰ ਟਾਈਮ ਤਾਂ ਆਪਣੇ ਕੋਲ ਟਾਈਮ ਦਾ ਜਿਹੜਾ ਫਾਰਮੂਲਾ ਹੈ ਉਹ ਕੀ ਬਣ ਜਾਏਗਾ ਟਾਈਮ ਦਾ ਫਾਰਮੂਲਾ ਬਣ ਜਾਏਗਾ ਆਪਣੇ ਕੋਲ ਡਿਸਟੈਂਸ ਓਵਰ ਸਪੀਡ ਡਿਸਟੈਂਸ ਕਿੰਨਾ ਆਪਣੇ ਕੋਲ 510 ਮੀਟਰ ਦਾ ਤੇ ਜਿਹੜੀ ਸਪੀਡ ਹੈ ਆਪਣੇ ਕੋਲ ਰਿਲੇਟਿਵ ਸਪੀਡ ਉਹ ਕਿੰਨੀ ਆ 23 ਮੀਟਰ ਪਰ ਸੈਕਿੰਡ 0 ਦੇ ਨਾਲ 0 ਕੈਨਸਲ 17 ਤੇ 51 ਤਾਂ ਆਪਣੇ ਕੋਲ ਜਿਹੜੇ ਟਾਈਮ ਲੱਗੇਗਾ ਇਸ ਨੂੰ ਉਹ ਕਿੰਨਾ ਲੱਗੇਗਾ 17 ਸੈਕਿੰਡਸ ਆ ਯਾਨੀ 17 ਸੈਕਿੰਡ ਲੰਘਣਗੇ ਇਹਨਾਂ ਦੋਨੋਂ ਟ੍ਰੇਨਸ ਨੂੰ ਇੱਕ ਦੂਜੇ ਨੂੰ ਕਰਾਸ ਕਰਨ ਦੇ ਲਈ ਆਨਸਰ ਬਣੇਗਾ ਇਸ ਕੁਐਸਚਨ ਦਾ ਆਪਣਾ ਡੀ ਆਪਸ਼ਨ 17 ਸੈਕਿੰਡਸ ਆ ਠੀਕ ਹੈ ਕਿਸ ਜਾਂ ਸਬਣੇਗਾ ਡੀ ਆਪਸ਼ਨ 17 ਸੈਕਿੰਡਸ ਉਸ ਤੋਂ ਬਾਅਦ ਨੈਕਸਟ ਦੇਖੋ 12 ਨੰਬਰ ਕੁਐਸਚਨ ਏ ਇਜ਼ ਅ ਸਨ ਬੀ ਇਜ਼ ਮੈਰਿਡ ਵਿਦ ਸੀ ਯਾਨੀ ਜੋ ਏ ਹੈ ਇਸ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਕੀ ਹੈ ਬੀ ਠੀਕ ਹੈ ਇਸ ਦਾ ਇਸ ਦੇ ਮੈਰਿਡ ਕਿਸ ਦੇ ਨਾਲ ਹੋਈ ਹੈ ਯਾਨੀ ਇਸ ਇਹ ਮੈਰਿਡ ਹੈ ਕਿਸ ਦੇ ਨਾਲ ਸੀ ਦੇ ਨਾਲ ਠੀਕ ਹੈ ਜੋ ਏ ਦਾ ਸਨ ਹੈ ਬੀ ਹੈ ਤਾਂ ਆਪਾਂ ਨੂੰ ਪਤਾ ਲੱਗਿਆ ਜੋ ਇਸ ਦੀ ਜੋ ਸੀ ਹੈ ਇਹ ਕੀ ਹੋਗਾ ਇਸ ਦੀ ਵਾਈਫ ਤਾਂ ਇੱਥੇ ਆਪਾਂ ਸੀ ਬਣਾ ਦਾਂਗੇ ਇਹ ਕੀ ਬਣ ਗਈ ਇਸ ਦੀ ਵਾਈਫ ਠੀਕ ਹੈ ਹੂ ਇਜ਼ ਅ ਸਿਸਟਰ ਆਫ ਵਿਦ ਸੀ ਹੂ ਇਜ਼ ਅ ਸਿਸਟਰ ਆਫ ਡੀ ਇਜ਼ ਮੈਰਿਡ ਟੂ ਈ ਯਾਨੀ ਆਪਾਂ ਨੂੰ ਕਿਹਾ ਗਿਆ ਹੈ ਜਿਹੜਾ ਸੀ ਹੈ ਸੀ ਇਜ਼ ਦੀ ਸਿਸਟਰ ਆਨ ਦੀ ਤੇ ਇਹ ਮੈਰਿਡ ਕਿਸ ਦੇ ਨਾਲ ਹੈ ਈ ਦੇ ਨਾਲ ਤਾਂ ਆਪਾਂ ਨੂੰ ਪਤਾ ਲੱਗ ਗਿਆ ਜਿਹੜਾ ਡੀ ਹੈ ਇਹ ਹੀ ਕੇਜ਼ ਦੀ ਸਿਸਟਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਈ ਕੀ ਹੋਏਗਾ ਇਹ ਹੋਏਗਾ ਮੇਲ ਪਰਸਨ ਠੀਕ ਹੈ ਈ ਕੀ ਹੋ ਗਿਆ ਇੱਕ ਮੇਲ ਪਰਸਨ ਹੋ ਗਿਆ ਠੀਕ ਹੈ ਫੀਮੇਲ ਨੂੰ ਆਪਾਂ ਮਾਈਨਸ ਦੇ ਨਾਲ ਤੇ ਮੇਲ ਨੂੰ ਆਪਾਂ ਪਲੱਸ ਦੇ ਨਾਲ ਡਿਨੋਟ ਕਰਦੇ ਹਾਂ ਠੀਕ ਹੈ ਉਸ ਤੋਂ ਬਾਅਦ ਕੀ ਕਿਹਾ ਗਿਆ ਆਪਾਂ ਨੂੰ ਡੀ ਇਜ਼ ਦਾ ਮੈਰਿਡ ਟੂ ਈ ਦਾ ਬ੍ਰਦਰ ਆਫ ਬੀ ਯਾਨੀ ਜੋ ਇੱਥੇ ਆਪਾਂ ਨੂੰ ਕਿਹਾ ਗਿਆ ਹੈ ਕੌਮੇ ਤੋਂ ਬਾਅਦ ਯੂਜ਼ ਕੀਤਾ ਗਿਆ ਦਾ 브్రਦਰ ਆਫ ਵੀ ਯਾਨੀ ਆਪਾਂ ਨੂੰ ਪਤਾ ਲੱਗ ਗਿਆ ਜੋ E ਹੈ ਇਹ 브్రਦਰ ਹੈ ਕਿਸ ਦਾ ਅ ਇਹਦਾ B ਦਾ ਠੀਕ ਹੈ ਜੋ E ਹੈ ਇਹ 브్రਦਰ ਕਿਸ ਦਾ ਹੈ B ਦਾ ਠੀਕ ਹੈ ਆਪਾਂ ਨੂੰ ਕੀ ਪੁੱਛਿਆ ਗਿਆ ਹੈ ਹਾਊ ਇਜ਼ ਦ ਡੀ ਰਿਲੇਟਡ ਟੂ A ਯਾਨੀ ਜੋ D ਹੈ ਇਹ E ਦੇ ਨਾਲ ਕਿਸ ਤਰ੍ਹਾਂ ਐਸੋਸੀਏਟ ਹੈ ਇਹ ਆਪਾਂ ਨੂੰ ਪੁੱਛਿਆ ਗਿਆ ਹੈ ਇਸ ਕੁਐਸਚਨ ਦੇ ਵਿੱਚ ਜੋ A ਹੈ ਇਹ ਇਜ਼ ਦਾ ਫਾਦਰ ਵੀ ਹੋ ਸਕਦਾ ਹੈ ਤੇ ਇਸ ਦੀ ਮਦਰ ਵੀ ਹੋ ਸਕਦੀ ਹੈ B ਦੀ ਅਗਰ B ਦੀ ਹੈ ਤਾਂ ई भी यह मदर या जर हो सकती है तो आपूँ पता लग गया यह इसकी की लगी डॉटर इन लॉ यानी यह जो पिता है चाहे माता है यह इसकी की लगी डी की लगी ए इसी डॉटर इन लॉ लगी ठीक है इसका आंसर बन जाएगा अपने क्वेश्चन का बी ऑप्शन डॉटर इन लॉ आंसर बन जाएगा बी ऑप्शन नैक्सट देखो तेरह नंबर क्वेश्चन 13 ਨੰਬਰ ਕੁਸਚਨ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਇਫ 5 men اور 9 women कैन डू अ पीस ऑफ वर्क इन 19 ڈیز یعنی ਆਪਾਂ ਨੂੰ ਕਿਹਾ ਗਿਆ ਹੈ 5 men ਇਹ ਵੀ ਕਿਸੇ ਕੰਮ ਨੂੰ 19 ਦਿਨਾਂ ਦੇ ਵਿੱਚ ਕਰ ਸਕਦੇ ਨੇ ਤੇ ਇਸੇ ਤਰ੍ਹਾਂ ਸੇਮ ਜੋ ਕੰਮ ਹੈ ਇਹ 9 women ਇਹ ਵੀ 19 ਦਿਨਾਂ ਦੇ ਵਿੱਚ ਕਰ ਸਕਦੇ ਨੇ 19 ਦੇ ਨਾਲ 19 ਆਪਣਾ ਕੈਨਸਲ ਹੋ ਜਾਊਗਾ ਠੀਕ ਹੈ ਇਹਨਾਂ ਦੀ ਰੇਸ਼ੋ ਕੱਢੀ ਅਗਰ ਆਪਾਂ men ਇਧਰ ਆ ਜਾਏਗਾ women ਇਧਰ ਆਪਣੇ ਕੋਲ 9 ਹੈ ਤੇ ਇਧਰ 500 ਇਧਰ ਜਾ ਕੇ ਡਿਵਾਈਡ ਹੋ ਜਾਏਗਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਜਿਹੜਾ ਮੈਨ ਹੈ ਉਹ ਇੱਕ ਦਿਨ ਦੇ ਵਿੱਚ 9 ਕੰਮ ਕਰ ਸਕਦਾ ਯਾਨੀ ਇਹਨਾਂ ਦੀ ਰੇਸ਼ਿਓ ਆਪਾਂ ਨੇ ਕੱਢ ਲਈ ਵੂਮਨ ਇੱਕ ਦਿਨ ਦੇ ਵਿੱਚ ਕਿੰਨੇ ਕੰਮ ਕਰ ਸਕਦੀ ਹੈ 5 ਕੰਮ ਕਰ ਸਕਦੀ ਹੈ ਠੀਕ ਹੈ ਯਾਨੀ ਆਪਣੇ ਕੋਲ ਇਹਨਾਂ ਦੀ ਰੇਸ਼ਿਓ ਆ ਗਈ ਮੈਨਨ ਇੱਕ ਦਿਨ ਦੇ ਵਿੱਚ 9 ਕੰਮ ਕਰ ਸਕਦਾ ਤੇ ਵੂਮਨ ਕਿੰਨੇ ਕਰ ਸਕਦੀ ਹੈ 5 ਕੰਮ ਕਰ ਸਕਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੀ ਪੁੱਛਿਆ ਗਿਆ ਹੈ ਤਿੰਨ ਮੈਨ ਅਤੇ 6 ਵੂਮਨ ਕਿੰਨੇ ਦਿਨਾਂ ਦੇ ਵਿੱਚ ਇਹ ਕੰਮ ਨੂੰ ਕੰਪਲੀਟ ਕਰ ਦੇਣਗੀਆਂ ਤਿੰਨ ਮੈਨ ਅਤੇ 6 ਵੂਮਨਸ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਕੰਮ ਹੈ ਇਸ ਨੂੰ ਕੰਪਲੀਟ ਕਰ ਦੇਣਗੀਆਂ ਇਹ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਠੀਕ ਹੈ ਕੰਮ ਆਪਾਂ ਨੂੰ ਪਤਾ ਕਰਨ ਦੇ ਲਈ ਆਪ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਟੋਟਲ ਵਰਕ ਪਤਾ ਹੋਣਾ ਚਾਹੀਦਾ ਕਿੰਨਾ ਕੰਮ ਹੈ ਟੋਟਲ ਆਪਣੇ ਕੋਲ ਠੀਕ ਹੈ ਟੋਟਲ ਵਰਕ ਅਗਰ ਆਪਾਂ ਨੇ ਕੱਢਣਾ ਤਾਂ ਆਪਾਂ ਨੂੰ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਪੁੱਟ ਕਰਨੀ ਪਏਗੀ ਠੀਕ ਹੈ ਇੱਥੇ ਆਪਾਂ ਦੋਨਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਪੁੱਟ ਕਰ ਸਕਦੇ ਹਾਂ ਠੀਕ ਹੈ ਇੱਥੇ ਮੈਨ ਦੀ ਜਿਹੜੀ ਵੈਲਿਊ ਹੈ 9 ਆਈ ਹੈ ਤਾਂ ਆਪਾਂ ਇੱਥੇ ਪੁੱਟ ਕਰ ਦਾਂਗੇ ਠੀਕ ਹੈ 5 9 ਆ ਜਾਏਗਾ ਮੈਨ ਦੀ ਜਿਹੜੀ ਵੈਲਿਊ ਹੈ ਉਹ ਕਿੰਨੀ ਹੈ 9 ਹੈ ਤਾਂ 9 ਪੁੱਟ ਕਰਤਾ 19 ਆਪਣੇ ਕੋਲ ਐਸਿਟਿਜ਼ ਇੱਥੇ ਆਪਣੇ ਕੋਲ 10 5 ਕਿੰਤਾ ਤਾਂ 95 ਆ ਗਿਆ ਯਾਨੀ ਇਹਦੀ ਵੈਲਿਊ ਕਿੰਨੀ ਬਣ ਗਈ ਆਪਣੇ ਕੋਲ 95 9 ਠੀਕ ਹੈ 9 5 45 5 ਚਾਰ ਰਿਮੇਂਡਰ 9 9 81 ਤੇ 4 85 ਯਾਨੀ ਆਪਣੇ ਕੋਲ ਟੋਟਲ ਕੰਮ ਕਿੰਨਾ ਆ ਗਿਆ 855 ਯੂਨਿਟਸ ਆ ਗਿਆ ਟੋਟਲ ਆਪਣੇ ਕੋਲ ਕੰਮ ਕਿੰਨਾ ਆ ਚੁੱਕਿਆ ਹੈ 855 ਯੂਨਿਟਸ ਕੰਮ ਆ ਚੁੱਕੇ ਆਪਣੇ ਕੋਲ ਟੋਟਲ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੀ ਪੁੱਛਿਆ ਗਿਆ ਹੈ 3 ਮੈਨ ਤੇ 6 ਵੂਮਨਸ ਕਿੰਨੇ ਟਾਈਮ ਦੇ ਵਿੱਚ ਕੰਮ ਲੈ ਜਿਹੜੇ ਕੰਪਲੀਟ ਕਰਨੇ ਨੇ ਠੀਕ ਹੈ ਇੱਕ ਵੂਮਨ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰ ਸਕਦੀ ਹੈ 5 ਤੇ ਮੈਨ ਕਿੰਨਾ ਕਰ ਸਕਦਾ 9 ਤਾਂ ਇੱਥੇ ਪੁੱਟ ਕਰ ਦਾਂਗੇ ਆਪਾਂ ਵੈਲਿਊ 3 ਮੈਨ ਦੀ ਵੈਲਿਊ ਕਿੰਨੀ ਹੈ 9 9 ਪੁੱਟ ਕਰ ਦਾਂਗੇ ਪਲੱਸ ਤੇ ਵੂਮੈਨਸ ਦੀ ਵੈਲਿਊ ਕਿੰਨੀ ਹੈ 5 ਤਾਂ ਆਪਾਂ 5 ਪੁੱਟ ਕਰ ਦਾਂਗੇ 6 ਗੁਣਾ 5 ਠੀਕ ਹੈ 9 3 27 27 30 ਤਾਂ ਇੱਥੇ ਵੈਲਿਊ ਆ ਗਈ ਆਪਣੇ ਕੋਲ 57 ਯਾਨੀ ਆਪਣੇ ਕੋਲ ਟੋਟਲ ਵਰਕ ਕਿੰਨਾ ਹੈ 855 ਜੋ ਆਪਾਂ ਨੇ ਕਰਵਾਉਣਾ ਹੈ ਤੇ ਜਿਹੜਾ ਕੰਮ ਹੋ ਸਕਦਾ ਇਹਨਾਂ ਦੇ ਦੁਆਰਾ ਇੱਕ ਦਿਨ ਦੇ ਵਿੱਚ ਉਹ ਕਿੰਨਾ ਹੋ ਸਕਦਾ ਹੈ 57 ਯੂਨਿਟਸ ਬਟੇ ਕਰਦਾਂਗੇ ਆਪਾਂ 57 57 57 ਕਮ 57 57 ਤੇ 865 ਤੇ 20 85 ਯਾਨੀ 28 ਬਚ ਗਿਆ ਤੇ 5 ਐਜ਼ ਇਟ ਇਜ਼ ਬਚ ਗਿਆ ਠੀਕ ਹੈ 5 5 25 ਯਾਨੀ ਤੇ ਆਪਨੇ ਕੋਈ ਵੈਲਿਊ ਨਹੀਂ ਆ ਗਈ 15 ਦਿਨਾਂ ਦੀ ਠੀਕ ਹੈ ਯਾਨੀ ਇਹੇ 3 ਮੈਨ ਤੇ 6 ਊਮਨਸ ਸੇਮ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕਰ ਸਕਦੇ ਨੇ 15 ਦਿਨਾਂ ਦੇ ਵਿੱਚ ਇਸ ਕਰਕੇ ਜਿਹੜਾ ਆਨਸਰ ਬਣ ਗਿਆ ਆਪਣਾ ਇਸ ਕੁਸ਼ਨ ਦਾ ਉਹ ਕਿੰਨਾ ਬਣ ਗਿਆ ਡੀ ਆਪਸ਼ਨ 15 ਡੇਸ 15 ਦਿਨ ਆਈ ਹੋਪ ਤੁਹਾਨੂੰ ਇਹ ਕੁਸ਼ਨ ਬਿਲਕੁਲ ਕਲੀਅਰ ਹੋਇਆ ਹੋਵੇਗਾ ਉਸ ਤੋਂ ਬਾਅਦ ਨెక్ਸਟ ਦੇਖੋ 14 ਨੰਬਰ ਕੁਐਸਚਨ 14 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਹਰੀਸ਼ ਗੇਵ 40% ਆਫ ਮਨੀ ਹੀ ਹੈਡ ਟੂ ਹਿਸ ਵਾਈਫਰ ਯਾਨੀ ਹਰੀਸ਼ ਜੋ ਹੈ ਇਸ ਦੇ ਦੁਆਰਾ ਆਪਣੇ ਜਿੰਨੀ ਇਸ ਦੇ ਕੁਲ ਮਨੀ ਹੈ ਉਸ ਦਾ 40% ਕਿਸ ਨੂੰ ਦਿੱਤਾ ਗਿਆ ਆਪਣੇ ਵਾਈਫ ਨੂੰ ਠੀਕ ਹੈ ਮੰਨ ਲਓ ਮਨੀਸ਼ ਕੋਲ ਹਰੀਸ਼ ਕੋਲੇ ਕਿੰਨੇ ਪੈਸੇ ਨੇ ਟੋਟਲ 100 ਰੁਪਏ ਠੀਕ ਹੈ ਇਸ ਦੇ ਦੁਆਰਾ ਆਪਣੀ ਵਾਈਫ ਨੂੰ ਕਿੰਨੇ ਪੈਸੇ ਦਿੱਤੇ ਗਏ ਵਾਈਫ ਨੂੰ ਦਿੱਤੇ ਗਏ 40 ਰੁਪਏ 100 ਰੁਪਏ ਦੇ ਵਿੱਚੋਂ ਕਿੰਨੇ ਪਰਸੈਂਟ ਦੇ ਦਿੱਤਾ 40% ਦੇ ਦਿੱਤਾ ਤਾਂ ਆਪਣੇ ਕੋਲ 40 ਰੁਪਏ ਦੇਤੇ ਠੀਕ ਹੈ ਉਸ ਤੋਂ ਬਾਅਦ ਹੀ ਆਲਸੋ ਗੇਵ 20% ਆਫ ਦਾ ਰਿਮੇਨਿੰਗ ਅਮਾਉਂਟ ਟੂ ਈਚ ਆਫ ਹਿਸ 3 ਸਨਸ ਯਾਨੀ ਸੇ ਤਿੰਨ ਪੁੱਤਰ ਨੇ ਠੀਕ ਹੈ ਬਾਕੀ ਜਿੰਨੀ ਅਮਾਉਂਟ ਬਚੀ ਹੈ ਕਹਿੰਦੇ ਉਸ ਦਾ 20% ਕਿਹਨੂੰ ਦਿੱਤਾ ਗਿਆ ਆਪਣੇ ਤਿੰਨ ਪੁੱਤਰਾਂ ਨੂੰ ਦਿੱਤਾ ਗਿਆ ਟੋਟਲ 100 ਰੁਪਏ ਸੀ ਜਿਸ ਦੇ ਵਿੱਚ ਉਹ 40 ਰੁਪਏ ਆਪਣੀ ਵਾਈਫ ਪਤਨੀ ਨੂੰ ਦੇ ਚੁੱਕਿਆ ਬਾਕੀ ਕਿੰਨੇ ਬਚ ਗਏ 60 ਰੁਪਏ 60 ਦਾ ਆਪਣੇ ਕੋਲ 20% ਕਿੰਨਾ ਬਣ ਜਾਊਗਾ 12 ਰੁਪਏ 12 ਇਸ ਪੁੱਤਰ ਨੂੰ ਮਿਲੇ ਨੇ ਠੀਕ ਹੈ 12 ਹੀ ਇਸ ਪੁੱਤਰ ਨੂੰ ਮਿਲੇ ਨੇ ਤੇ 12 ਹੀ ਇਸ ਪੁੱਤਰ ਨੂੰ ਮਿਲੇ ਨੇ ਉਸ ਤੋਂ ਬਾਅਦ ਨੈਕਸਟ ਆਪਾਂ ਨੂੰ ਕਿਹਾ ਗਿਆ ਇਸ ਦੇ ਵਿੱਚ ਠੀਕ ਹੈ ਇੱਥੇ ਆਪਣੇ ਕੋਲ 12 ਦੀ 36 ਯਾਨੀ 60 ਦੇ ਵਿੱਚੋਂ ਵੀ ਆਪਾਂ 36 ਮਾਈਨਸ ਕਰ ਸਕਦੇ ਹਾਂ ਠੀਕ ਹੈ ਬਾਕੀ ਕਿਨੇ ਪੈਸੇ ਬਚ ਗਏ 24 ਰੁਪਏ ਬਚ ਗਏ ਠੀਕ ਹੈ ਹਾਫ ਆਫ ਦਾ ਅਮਾਉਂਟ ਨਾਉ ਲਿਫਟ ਵਾਸ ਸਪੈਂਟ ਔਨ ਮਿਸਲੀਨੀਅਸ ਆਈਟਮਸ ਉਸ ਤੋਂ ਬਾਅਦ ਮਿਸਲੀਨੀਅਸ ਆਈਟਮਸ ਦੇ ਉੱਪਰ ਜਿੰਨੇ ਪੈਸੇ ਬਚੇ ਹੋਏ ਨੇ 24 ਰੁਪਏ ਇਸ ਦਾ ਹਾਫ ਕਿਨੂੰ ਦਿੱਤਾ ਮਿਸਲੀਨੀਅਮ ਮਿਸਲੀਨੀਅਸ ਆਈਟਮਸ ਦੇ ਉੱਪਰ ਸਪੈਂਡ ਕਰਤਾ ਤਾਂ 12 ਰੁਪਏ ਸਪੈਂਡ ਕਰਤੇ ਠੀਕ ਹੈ 24 ਦੇ ਵਿੱਚੋਂ 12 ਮਾਈਨਸ ਕਰ ਦਾਂਗੇ ਤਾਂ ਸਿਰਫ 12 ਰੁਪਏ ਬਚੇ ਨੇ ਠੀਕ ਹੈ ਐਂਡ ਰਿਮੇਨਿੰਗ ਅਮਾਉਂਟ ਆਫ 24000 ਵਾਸ ਡਿਪੋਜ਼ਿਟਡ ਵਿਦ ਦਾ ਬੈਂਕ ਜਿਹੜੀ ਬਾਕੀ ਅਮਾਉਂਟ ਬਚੀ ਆ ਉਹ ਬੈਂਕ ਦੇ ਵਿੱਚ ਡਿਪੋਜ਼ਿਟ ਕਰਤੀ ਕਿੰਨੇ ਰੁਪਏ 12 ਰੁਪਏ ਠੀਕ ਹੈ 12 ਰੁਪਏ ਡਿਪੋਜ਼ ਕਰਤੇ ਬੈਂਕ ਦੇ ਵਿੱਚ ਬਟ ਐਕਚੁਅਲੀ ਵਿੱਚ ਜਿਹੜੇ ਪੈਸੇ ਡਿਪੋਜ਼ਿਟ ਕੀਤੇ ਨੇ ਬੈਂਕ ਦੇ ਵਿੱਚ ਉਹ ਕਿੰਨੇ ਨੇ 24000 ਯਾਨੀ 12 ਦੀ ਜਿਹੜੀ ਵੈਲਿਊ ਹੈ ਇਹ ਕਿਦੇ ਕੋਲ 24000 ਦੇ ਕਿੰਨੇ ਨਾਲ ਮਲਟੀਪਲਾਈ ਕਰਨਾ ਪਊਗਾ ਆਪਾਂ ਨੂੰ ਇਸ ਨੂੰ ਮਲਟੀਪਲਾਈ ਕਰਨਾ ਪਊਗਾ ਆਪਾਂ ਨੂੰ 2000 ਦੇ ਨਾਲ ਠੀਕ ਹੈ ਆਪਾਂ ਨੂੰ ਕੀ ਪੁੱਛਿਆ ਗਿਆ ਹੈ ਜਿਹੜੀ ਮਨੀ ਰਿਸੀਵ ਕੀਤੀ ਹੈ ਵਾਈਫ ਨੇ ਪਤਨੀ ਨੇ ਉਹ ਕਿੰਨੀ ਕੀਤੀ ਹੈ ਇਹਦੀ ਵੈਲਿਊ ਕਿੰਨੀ ਹੈ 40 ਹੈ ਤਾਂ ਇਹਨੂੰ ਵੀ ਮਲਟੀਪਲਾਈ ਕਰ ਦੋ 2000 ਦੇ ਨਾਲ 2000 ਗੁਣਾ 40 ਕੀਤਾ ਤਾਂ ਆਪਣੇ ਕੋਲ ਵੈਲਿਊ ਕਿੰਨੀ ਆ ਗਈ ਇਹ ਵੈਲਿਊ ਆ ਗਈ ਆਪਣੇ ਕੋਲ 80000 ਯਾਨੀ ਵਾਈਫ ਨੂੰ ਕਿੰਨੇ ਪੈਸੇ ਮਿਲੇ ਨੇ 80000 ਰੁਪਏ ਇਹੀ ਆਪਾਂ ਨੂੰ ਕੁਐਸਚਨ ਦੇ ਅਕੋਰਡਿੰਗ ਪੁੱਛਿਆ ਗਿਆ ਸੀ ਅਨਸਰ ਬਣ ਜੇਗਾ ਇਸ ਕੁਐਸਚਨ ਦਾ ਆਪਣਾ 80000 80000 ਠੀਕ ਹੈ ਅਗਰ ਟੋਟਲ ਆਪਾਂ ਨੂੰ ਅਮਾਉਂਟ ਪੁੱਛਦੇ ਤਾਂ ਆਪਣੀ ਅਮਾਉਂਟ ਬਣ ਜਾਂਦੀ 2 ਲੱਖ ਰੁਪਏ ਠੀਕ ਹੈ ਕਿਉਂਕਿ ਆਪਾਂ ਨੇ 100 ਰੁਪਏ ਵੈਲਿਊ ਮੰਨੀ ਹੈ ਨਾ ਟੋਟਲ ਤੇ ਇਹਨੂੰ ਆਪਾਂ ਨੇ ਮਲਟੀਪਲਾਈ ਕੀਤਾ 2000 ਦੇ ਨਾਲ ਤਾਂ 100 ਨੂੰ 2000 ਨਾਲ ਮਲਟੀਪਲਾਈ ਕਰਾਂਗੇ ਤਾਂ ਵੈਲਿਊ ਕਿੰਨੀ ਆ ਜਾਂਦੀ ਆਪਣੇ ਕੋਲ 2 ਲੱਖ ਰੁਪਏ ਠੀਕ ਹੈ ਇਸ ਅਨਸਰ ਬਣ ਜੇਗਾ ਆਪਣਾ ਵੀ ਆਪਸ਼ਨ 80000 80000 ਰੁਪਏ the ratio of number of boys to that of girls in a school is a 3 ratio 2 theek hai yani boys te girls jo hai is the ratio kinna hai 3 ratio 2 if 20% of the boys and 25% of the girls are scholarship holders yani inna de vichon 20% boys te 25% girls scholarship inna nu mildi hai theek hai apan nu kya gaya hai is de vich find the percentage of those who are not a scholarship holder ਜਿਹੜੇ ਸਕਾਲਰਸ਼ਿਪ ਹੋਲਡਰ ਨਹੀਂ ਹੈਗੇ ਠੀਕ ਹੈ ਉਹਨਾਂ ਦੀ ਪਰਸੈਂਟੇਜ ਪੁੱਛਿਆ ਗਿਆ ਠੀਕ ਹੈ ਸਕਾਲਰਸ਼ਿਪ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ 20% ਬੁਆਇਜ਼ ਠੀਕ ਹੈ ਇਹਦਾ 10% ਕਿੰਨਾ ਆਜੂਗਾ 0.3 ਤੇ 20% ਕਿੰਨਾ ਆਜੂਗਾ 0.6 ਤਾਂ ਆਪਣੇ ਕੋਲ 0.6 ਆਪਾਂ ਇਹਦਾ ਪੁੱਟ ਕਰਤਾ ਉਸ ਤੋਂ ਬਾਅਦ 25% ਗਰਲਜ਼ 25% ਗਰਲਜ਼ ਇਹਦਾ ਕਿੰਨਾ ਆਜੂਗਾ 25% 25 ਦੁਨਾ 50 ਯਾਨੀ 0.5 0.5 ਜੋ ਨੇ ਇਹ ਸਕਾਲਰਸ਼ਿਪ ਹੋਲਡਰ ਨੇ ਗਰਲਜ਼ ਤੇ ਬਾਕੀ ਕਿੰਨੇ ਬਚ ਗਏ ਇਹਨਾਂ ਦੇ ਵਿੱਚੋਂ 3 ਦੇ ਵਿੱਚੋਂ 0.6 ਮਾਈਨਸ ਕੀਤਾ ਤਾਂ ਵੈਲਿਊ ਆ ਗਈ ਆਪਣੇ ਕੋਲ 2.4 ਤੇ 2 ਦੇ ਵਿੱਚੋਂ 0.5 ਮਾਈਨਸ ਕੀਤਾ ਤਾਂ ਵੈਲਿਊ ਕਿੰਨੀ ਆ ਗਈ ਆਪਣੇ ਕੋਲ 1.5 ਇਹਨਾਂ ਦੋਨੋਂ ਨੂੰ ਐਡ ਕਰ ਦੋ ਤਾਂ ਆਪਣੇ ਕੋਲ ਵੈਲਿਊ ਕਿੰਨੀ ਆ ਗਈ 2.4 1.5 ਤਾਂ ਇਹਦੀ ਵੈਲਿਊ ਆ ਗਈ ਆਪਣੇ ਕੋਲ 3.9 ਆ ਠੀਕ ਹੈ 3.9 ਆਪਣੇ ਕੋਲ ਵੈਲਿਊ ਆ ਚੁੱਕੇ ਹੈ ਠੀਕ ਹੈ ਔਰ ਇਹ ਆਪਣੇ ਕੋਲ ਉਹ ਆ ਚੁੱਕੇ ਨੇ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਨਾਟ ਸਕਾਲਰਸ਼ਿਪ ਠੀਕ ਹੈ 3.9 ਆ ਆਪ ਨੂੰ ਕੀ ਪੁੱਛਿਆ ਗਿਆ ਇਸ ਦੇ ਵਿੱਚ ਪਰਸੈਂਟੇਜ ਪੁੱਛਿਆ ਗਿਆ 3.9 ਇਹ ਨੋਟ ਸਕਾਲਰਸ਼ਿਪ ਆਲੇ ਨੇ ਤੇ ਟੋਟਲ ਕਿੰਨੇ ਨੇ 5 3 ਤੇ 2 5 ਠੀਕ ਹੈ ਬੁਆਏਸ 3 ਨੇ ਤੇ 2 ਗਰਲਸ ਨੇ ਤਾਂ ਇਹ ਦੋ ਦੋਨੋਂ ਮਿਲ ਕੇ ਕਿੰਨੇ ਹੋਗੇ ਟੋਟਲ 5 ਠੀਕ ਹੈ बटे 5 ਕਰ ਦਾਂਗੇ ਗੁਣਾ ਕਰ ਦਾਂਗੇ 100 ਦੇ ਨਾਲ 5 1 5 20 5 100 3.9 ਨੂੰ ਆਪਾਂ ਬੀ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਵੈਲਿਊ ਕਿੰਨੀ ਆ ਗਈ ਆਪਣੇ ਕੋਲ 78 ਆ ਯਾਨੀ ਜੋ ਪਰਸੈਂਟੇਜ ਹੈ ਉਹ ਕਿੰਨਿਆ 78 ਇਸ ਆਨਸਰ ਬਣ ਜੇਗਾ ਆਪਣਾ ਡੀ ਆਪਸ਼ਨ 78% ਜੋ ਹੈ ਇਹ ਸਕਾਲਰਸ਼ਿਪ ਹੋਲਡਰ ਨੇ ਇਸ ਆਨਸਰ ਬਣ ਜੇਗਾ ਆਪਣਾ ਦੇ ਆਪਸ਼ਨ 78% ਯਾਨੀ ਇਹਦੇ ਵਿੱਚ ਨਾਟ ਸਕਾਲਰਸ਼ਿਪ ਵਾਲੇ ਪੁੱਛੇ ਗਏ ਸੀ ਤਾਂ ਉਹਦਾ ਆਪਣੇ ਕੋਲ ਪਰਸੈਂਟੇਜ ਦੇ ਵਿੱਚ ਕਿੰਨਾ ਆ ਗਿਆ 78% ਅਗਰ ਪੁੱਛਦੇ ਸਕਾਲਰਸ਼ਿਪ ਵਾਲੇ ਕਿੰਨੇ ਨੇ ਤਾਂ 100 ਦੇ ਵਿੱਚੋਂ ਆਪਾਂ ਮਾਈਨਸ ਕਰ ਦੰਦੇ ਤਾਂ ਵੈਲਿਊ ਆਪਣੇ ਕੋਲ ਕਿੰਨੀ ਆ ਜਾਂਦੀ 22% ਜੇ ਆਪਾਂ ਨੂੰ ਸਕਾਲਰਸ਼ਿਪ ਵਾਲੇ ਪੁੱਛ ਲੈਂਦੇ ਤਾਂ ਠੀਕ ਹੈ ਨਾਟ ਸਕਾਲਰਸ਼ਿਪ ਵਾਲੇ ਪੁੱਛੇ ਸੀ ਤਾਂ ਆਨਸਰ ਬਣੇਗਾ 78 78% ਉਸ ਤੋਂ ਬਾਅਦ ਨੈਕਸਟ ਦੇਖੋ 16 ਨੰਬਰ ਕੁਐਸਚਨ ਆ ਪਾਈਪ ਕੈਨ ਆ ਪਾਈਪ ਕੈਨ ਫਿਲ ਅ ਟੈਂਕ ਇਨ 12 ਮਿੰਟਸ ਐਂਡ ਅਨਦਰ ਪਾਈਪ ਕੈਨ ਫਿਲ ਇਟ ਇਨ 15 ਮਿੰਟਸ ਯਾਨੀ ਇੱਕ ਪਾਈਪ ਹੈ ਕਿਸੇ ਟੈਂਕ ਨੂੰ 12 ਮਿੰਟਾਂ ਦੇ ਵਿੱਚ ਫਿਲ ਕਰ ਸਕਦਾ ਹੈ ਮੰਨ ਲਓ ਏ ਪਾਈਪ ਹੈ ਇਹ ਕਿਸੇ ਟੈਂਕ ਨੂੰ 12 ਮਿੰਟਾਂ ਦੇ ਵਿੱਚ ਫਿਲ ਕਰ ਸਕਦਾ ਹੈ ਤੇ ਜਿਹੜਾ ਦੂਜਾ ਪਾਈਪ ਹੈ ਪਾਈਪ ਬੀ ਇਹ 15 ਮਿੰਟਾਂ ਦੇ ਵਿੱਚ ਫਿਲ ਕਰ ਸਕਦਾ ਹੈ ਠੀਕ ਹੈ ਤੇ ਤੀਜਾ ਜਿਹੜਾ ਪਾਈਪ ਹੈ ਸੀ ਪਾਈਪ ਇਹ ਇਸ ਨੂੰ ਖਾਲੀ ਕਰਨ ਤੇ ਜਿਹੜਾ ਹੈ ਖਾਲੀ ਕਰਦਾ ਹੈ ਇਸ ਟੈਂਕ ਨੂੰ 6 ਮਿੰਟਾਂ ਦੇ ਵਿੱਚ ਇਹ ਖਾਲੀ ਕਰ ਦਿੰਦਾ ਇਸ ਟੈਂਕ ਨੂੰ ਠੀਕ ਹੈ 6 ਮਿੰਟਾਂ ਦੇ ਵਿੱਚ ਇਹ ਜਿਹੜਾ ਟੈਂਕ ਨੂੰ ਖਾਲੀ ਕਰ ਦਿੰਦਾ ਠੀਕ ਹੈ ਇਹਨਾਂ ਦਾ ਐਲਸੀਐਮ ਲੈ ਲਓ ਟੋਟਲ ਜਿਹੜਾ ਪਾਣੀ ਆ ਉਹ ਕਿੰਨਾ ਆ ਸਕਦਾ ਇਸ ਟੈਂਕ ਦੇ ਵਿੱਚ 12 5 60 ਯਾਨੀ 60 ਲੀਟਰ ਪਾਣੀ ਆ ਸਕਦਾ ਇਸ ਟੈਂਕ ਦੇ ਵਿੱਚ ਅਗਰ 12 ਮਿੰਟਾਂ ਦੇ ਵਿੱਚ ਭਰਦਾ ਤਾਂ ਇਹ 1 ਘੰਟੇ ਦੇ ਵਿੱਚ ਯਾਨੀ 1 ਮਿੰਟ ਦੇ ਵਿੱਚ ਕਿੰਨੇ ਲੀਟਰ ਪਾਣੀ ਪੰਦਾ ਹੋਊਗਾ 5 ਲੀਟਰ ਤੇ ਜਿਹੜਾ b ਪਾਈਪ ਹੈ ਕਿੰਨੇ ਲੀਟਰ ਪਾਣੀ ਪੰਦਾ ਹੋਊਗਾ 4 ਲੀਟਰ ਤੇ ਜਿਹੜਾ c ਪਾਈਪ ਹੈ ਇਹ ਕਿੰਨੇ ਲੀਟਰ ਪਾਣੀ ਪੰਦਾ ਹੋਊਗਾ ਇਹ ਕਰਦਾ ਹੋਊਗਾ ਮਤਲਬ ਇਸ ਦੇ ਵਿੱਚੋਂ ਬਾਹਰ ਪਾਣੀ ਕੱਢਦਾ ਹੋਊਗਾ ਕਿੰਨੇ ਲੀਟਰ 10 ਲੀਟਰ ਯਾਨੀ 9 ਲੀਟਰ ਹੋ ਜਾਏਗਾ ਪਾਣੀ ਜਿਹੜਾ ਪੈ ਰਿਹਾ ਤੇ 10 ਲੀਟਰ ਪਾਣੀ ਕਿ ਮਿੰਟ ਦੇ ਵਿੱਚ ਨਿਕਲ ਰਿਹਾ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੀ ਪੁੱਛਿਆ ਗਿਆ ਹੈ ਜਿਹੜੇ ਦੋਨੋਂ ਪਹਿਲੇ ਵਾਲੇ ਪਾਈਪ ਨੇ ਇਹਨਾਂ ਨੂੰ 5 ਮਿੰਟਾਂ ਦੇ ਲਈ ਓਪਨ ਕੀਤਾ ਗਿਆ ਠੀਕ ਹੈ 5 ਦੇ 4 9 ਯਾਨੀ 9 ਲੀਟਰ ਪਾਣੀ ਹੈ ਜਿਹੜਾ ਕਿ ਮਿੰਟ ਦੇ ਵਿੱਚ ਪੈ ਰਿਹਾ 5 ਮਿੰਟਾਂ ਦੇ ਲਈ ਇਹਨਾਂ ਨੂੰ ਚਲਾਇਆ ਗਿਆ 5 ਮਿੰਟਾਂ ਦੇ ਲਈ ਤਾਂ ਟੋਟਲ ਜਿਹੜਾ ਟੈਂਕ ਦੇ ਵਿੱਚ ਪਾਣੀ ਪੈ ਗਿਆ ਉਹ ਕਿੰਨੇ ਲੀਟਰ ਪੈ ਗਿਆ 45 ਲੀਟਰ 45 ਲੀਟਰ ਜਿਹੜਾ ਪਾਣੀ ਹੈ ਜਿਹੜਾ ਟੈਂਕ ਦੇ ਵਿੱਚ ਜ ਉਹ ਪੜ ਚੁੱਕਿਆ ਹੈ ਉਸ ਤੋਂ ਬਾਅਦ ਆਪਾਂ ਨੂੰ ਕਿ ਪੁੱਛਿਆ ਗਿਆ ਹੈ ਇਨ ਦਾ ਬਿਗਨਿੰਗ ਐਂਡ ਦੈਨ ਦਾ ਥਰਡ ਪਾਈਪ ਇਜ਼ ਆਲਸੋ ਓਪਨਡ ਇਨ ਵਟ ਟਾਈਮ ਇਜ਼ ਦਾ ਟੈਂਕ ਐਮਪਟੀਡ ਯਾਨੀ ਜਿਹੜਾ ਟੈਂਕ ਹੈ ਇਹ 45 ਲੀਟਰ ਜਿਹੜਾ ਪਾਣੀ ਹੈ ਇਹ ਖਾਲੀ ਕਦੋਂ ਹੋ ਜਾਊਗਾ ਇਹ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਠੀਕ ਹੈ ਯਾਨੀ ਕਹਿੰਦਾ ਮਤਲਬ ਕੀ ਹੈ ਜਦੋਂ 45 ਲੀਟਰ ਆਪਣਾ ਪਾਣੀ ਇਹ ਬਾਹਰ ਨਿਕਲ ਗਿਆ ਇਸ ਟੈਂਕ ਦੇ ਵਿੱਚੋਂ ਤਾਂ ਟੈਂਕ ਖਾਲੀ ਹੋ ਜਾਊਗਾ ਤਾਂ ਆਪਾਂ ਨੇ ਪਹਿਲਾਂ ਜਿਹੜਾ ਹੈ ਇਹ ਪਾਣੀ ਹੀ ਬਾਹਰ ਕਰਨਾ ਹੈ ਯਾਨੀ ਕਹਿੰਦਾ ਮਤਲਬ ਕੀ ਹੈ ਜਦੋਂ ਆਪਾਂ ਅ ਏ ਤੇ ਬੀ ਦੋਨੋਂ ਪਾਈਪ 1-1 ਮਿੰਟ ਚਲਾਣੇ ਆ ਤਾਂ 9 ਲੀਟਰ ਪਾਣੀ ਪੈਂਦਾ ਟੋਟਲ ਬਟ ਨਿਕਲ ਕਿੰਨਾ ਜਾ ਰਿਹਾ 10 ਲੀਟਰ ਯਾਨੀ 1 ਮਿੰਟ ਦੇ ਵਿੱਚ 9 ਲੀਟਰ ਪਾਣੀ ਪੈ ਰਿਹਾ ਟੈਂਕ ਦੇ ਵਿੱਚ 10 ਲੀਟਰ ਪਾਣੀ ਬਾਹਰ ਨਿਕਲ ਰਿਹਾ ਯਾਨੀ 1 ਮਿੰਟ ਦੇ ਵਿੱਚ 1 ਲੀਟਰ ਜਿਹੜਾ ਪਾਣੀ ਆ ਉਹ ਜ਼ਿਆਦਾ ਨਿਕਲ ਰਿਹਾ ਤਾਂ ਟੋਟਲ ਆਪਾਂ ਨੇ 45 ਲੀਟਰ ਪਾਣੀ ਬਾਹਰ ਕਰਨਾ ਹੈ ਕਿਉਂਕਿ 9 ਲੀਟਰ ਦਾ 9 ਲੀਟਰ ਦਾ ਐਜ਼ ਇਟ ਇਜ਼ ਨਿਕਲੀ ਜਾਊਗਾ 45 ਲੀਟਰ ਜਿਹੜਾ ਪਾਣੀ ਇਸ ਦੇ ਵਿੱਚੋਂ 1-1 ਲੀਟਰ ਨੇ ਕਰਕੇ ਨਿਕਲੂਗਾ 1 ਮਿੰਟ ਦੇ ਵਿੱਚ 1 ਲੀਟਰ ਪਾਣੀ ਨਿਕਲਦਾ ਤਾਂ 45 ਲੀਟਰ 45 ਮਿੰਟਾਂ ਇਹਨਿਸ ਕੁਐਸਚਨ ਦਾ ਜਿਹੜਾ ਸਹੀ ਉੱਤਰ ਬਣ ਜੇਗਾ ਆਪਣਾ ਉਹ ਕਿੰਨਾ ਬਣ ਜੇਗਾ 45 ਲੀਟਰ ਮਿੰਟ ਯਾਨੀ 45 ਲੀਟਰ ਜਿਹੜਾ ਇਹ ਪਾਣੀ ਬਾਹਰ ਕਿੰਨੇ ਟਾਈਮ ਦੇ ਵਿੱਚ ਨਿਕਲ ਜੂਗਾ 45 ਮਿੰਟਸ ਦੇ ਵਿੱਚ ਆਨਸਰ ਬਣ ਜੇਗਾ ਆਪਣਾ ਡੀ ਆਪਸ਼ਨ 45 ਮਿੰਟਸ 45 ਮਿੰਟ ਉਸ ਤੋਂ ਬਾਅਦ ਦੋ ਕੁਐਸਚਨ ਆਪਾਂ ਨੇ ਕੰਪਿਊਟਰ ਦੇ ਵੀ ਸ਼ਾਮਿਲ ਕੀਤੇ ਨੇ ਵੈਸੇ ਵੀਡੀਓ ਦੇ ਪੇਪਰ ਦੇ ਵਿੱਚ ਕੰਪਿਊਟਰ ਨਹੀਂ ਆਣਾ ਠੀਕ ਹੈ ਇਹ ਜੋ ਮੌਕ ਟੈਸਟਰ ਸੀਰੀਜ਼ ਹੈ ਇਹ ਪੰਜਾਬ ਦੇ ਸਾਰੇ ਪੇਪਰਾਂ ਦੇ ਵਿੱਚ ਹੈਲਪ ਕਰੇਗਾ ਇਸ ਕਰਕੇ ਆਪਾਂ ਨੇ ਸਾਰੇ ਸਬਜੈਕਟਸ ਹੀ ਸ਼ਾਮਿਲ ਕੀਤੇ ਨੇ ਠੀਕ ਹੈ ਇਸ ਦੇ ਵਿੱਚ ਕੀ ਪੁੱਛਿਆ ਗਿਆ ਤੁਹਾਨੂੰ ਇਨ ਐਮਐਸ ਵਰਡ ਵਿਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਚੈੱਕ ਸਪੈਲਿੰਗ ਯਾਨੀ ਸਪੈਲਿੰਗ ਨੂੰ ਚੈੱਕ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਹੈ ਜਿਹੜੀ ਐਮਐਸ ਵਰਡ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ F1 F2 F9 ਜਾਂ ਫਿਰ F7 ਇਹ ਹੈ F7 ਠੀਕ ਹੈ ਅਗਰ ਆਪਾਂ ਨੇ ਐਮਐਸ ਵਰਡ ਦੇ ਵਿੱਚ ਸਪੈਲਿੰਗ ਚੈੱਕ ਕਰ ਰਹੇ ਤਾਂ ਆਪਾਂ F7 ਜਿਹੜੀ ਸ਼ਾਰਟਕਟ ਕੀ ਹੈ ਇਸ ਨੂੰ ਪ੍ਰੈਸ ਕਰਕੇ ਚੈੱਕ ਕਰ ਸਕਦੇ ਹਾਂ ਠੀਕ ਹੈ ਇਸ ਦਾ ਆਨਸਰ ਬਣੇਗਾ ਆਪਣਾ ਡੀ ਆਪਸ਼ਨ F7 ਆਰਡਰ ਦਾ ਫੋਲੋਇੰਗ ਆਈਟਮਸ ਫਰੋਮ अर्लिएस्ट ਆਰਡਰ ਆਲਡਰ ਟੂ ਲੇਟੈਸਟ ਨਿਊਰ ਯਾਨੀ ਆਪਾਂ ਨੂੰ ਇਸ ਦੇ ਵਿੱਚ ਕਿਹਾ ਗਿਆ ਹੈ अर्लिएस्ट ਟੂ ਲੇਟੈਸਟ ਆਪਾਂ ਇਹਨਾਂ ਨੂੰ ਜਿਹੜਾ ਹੈ ਆਰਡਰ ਦੇ ਵਿੱਚ ਅਰੇਂਜ ਕਰਨਾ ਹੈ ਠੀਕ ਹੈ ਇਸ ਦੇ ਵਿੱਚ ਆਪਾਂ ਨੂੰ ਚਾਰ ਦਿੱਤੇ ਗਏ ਨੇ ਇਹਨਾਂ ਨੂੰ ਆਪਾਂ ਨੇ ਅਰੇਂਜ ਕਰਨਾ ਹੈ ਠੀਕ ਹੈ ਅ अर्लिएस्ट ਟੂ ਲੇਟੈਸਟ ਨਿਊਰ ਠੀਕ ਹੈ ਵੈਕਿਊਮ ਟਿਊਬ ਇੰਟੀਗ੍ਰੇਟਡ ਸਰਕਟ ਟ੍ਰਾਂਜ਼ਿਸਟਰ ਤੇ ਰਿਲੇ ਇਹਨਾਂ ਨੂੰ ਆਪਾਂ ਨੇ ਜਿਹੜਾ ਹੈ ਅਰੇਂਜ ਕਰਨਾ ਹੈ ਠੀਕ ਹੈ 올ਡਰ ਟੂ ਨਿਊਰ ਸਭ ਤੋਂ ਪਹਿਲਾਂ ਜੇ ਅਪਾ ਗੱਲ ਕਰੀਏ ਸਭ ਤੋਂ ਪਹਿਲਾਂ ਜੋ ਹੈ ਉਹ ਕੀ ਆਇਆ ਰਿਲੇ ਠੀਕ ਹੈ ਸਭ ਤੋਂ ਪਹਿਲਾਂ ਰਿਲੇ ਯੂਜ਼ ਕੀਤਾ ਗਿਆ ਯਾਨੀ ਸਭ ਤੋਂ ਪਹਿਲਾਂ ਕੀ ਆਜੂਗਾ ਰਿਲੇ ਆਜੂਗਾ ਯਾਨੀ ਪਹਿਲੇ ਨੰਬਰ ਤੇ ਕੀ ਆਜੂਗਾ ਰਿਲੇ ਆਜੂਗਾ ਤਾਂ ਇਹ ਅਨਸਰ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਇਹਨਾਂ ਦੋਨਾਂ ਦੇ ਵਿੱਚ ਇੱਕ ਅਨਸਰ ਹੋਊਗਾ ਠੀਕ ਹੈ ਰਿਲੇ ਤੋਂ ਬਾਅਦ ਕੀ ਯੂਜ਼ ਹੋਇਆ ਸੀ ਰਿਲੇ ਤੋਂ ਬਾਅਦ ਯੂਜ਼ ਹੋਇਆ ਸੀ ਵੈਕਿਊਮ ਟਿਊਬਾ ਠੀਕ ਹੈ ਵੈਕਿਊਮ ਟਿਊਬਾ ਵੈਕਿਊਮ ਟਿਊਬ ਠੀਕ ਹੈ ਯਾਨੀ ਇਸ ਤੋਂ ਬਾਅਦ ਪਹਿਲਾ ਜੂਗਾ ਯਾਨੀ ਆਨਸਰ ਇਸ ਕੁਸ਼ਨ ਦਾ ਕਿਹੜਾ ਬਣ ਗਿਆ ਆਪਣਾ ਡੀ ਆਪਸ਼ਨ ਬਣ ਗਿਆ ਠੀਕ ਹੈ ਵੈਕਿਊਮ ਟਿਊਬ ਤੋਂ ਬਾਅਦ ਕੀ ਯੂਜ਼ ਕੀਤਾ ਗਿਆ ਵੈਕਿਊਮ ਟਿਊਬ ਤੋਂ ਬਾਅਦ 트랜ਜ਼ਿਸਟਰਸ ਆ ਗਏ ਸੀ 트랜지ਸਟਰਸ 트랜지ਸਟਰ ਯੂਜ਼ ਹੋਣ ਲੱਗੇ ਸੀ ਉਸ ਤੋਂ ਬਾਅਦ ਇੰਟੀਗ੍ਰੇਟਿਡ ਸਰਕਟ ਯੂਜ਼ ਹੋਣ ਲੱਗੇ ਸੀ ਦ ਇੰਟੀਗ੍ਰੇਟਿਡ ਸਰਕਟ ਜਿਸ ਨੂੰ ਆਪਾਂ ਆਈ ਸੀ ਬੋਲਦੇ ਹਾਂ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਅਰੇਂਜ ਕਰਨਾ ਸੀ ਅਰਲੀਐਸਟ ਟੂ ਲੇਟੈਸਟ ਇਸ ਆਨਸਰ ਆਪਣਾ ਬਣ ਜੇਗਾ ਡੀ ਆਪਸ਼ਨ ਫੋਰਥ ਫਸਟ ਥਰਡ ਐਂਡ ਸੈਕੰਡ ਯਾਨੀ ਸਭ ਤੋਂ ਪਹਿਲਾਂ ਰਿਲੇ ਯੂਜ਼ ਹੋਏ ਕੰਪਿਊਟਰ ਦੇ ਵਿੱਚ ਉਸ ਤੋਂ ਬਾਅਦ ਵੈਕਿਊਮ ਟਿਊਬਸ ਫਿਰ ਟ੍ਰਾਂਜ਼ਿਸਟਰ ਤੇ ਫਿਰ ਇੰਟੀਗ੍ਰੇਟਿਡ ਸਰਕਟ ਇਸ ਆਨਸਰ ਬਣੇਗਾ ਆਪਣਾ ਡੀ ਆਪਸ਼ਨ 4th ਫਰਸਟ 3rd ਐਂਡ 2nd ਉਸ ਤੋਂ ਬਾਅਦ ਅਸੀਂ ਸਿੱਖਦੇ ਆਪਾਂ ਦੋ ਕੁਐਸਚਨ ਆਪਾਂ ਨੇ ਪੰਜਾਬੀ ਦੇ ਕਵਰ ਕੀਤੇ ਨੇ ਪੰਜਾਬੀ ਗ੍ਰਾਮਰ ਦੇ ਇਹਨਾਂ ਨੂੰ ਡਿਸਕਸ ਕਰਦੇ ਹਾਂ ਕਿਹੜੀ ਭਾਸ਼ਾ ਜੰਮੂ ਅਤੇ ਕਾਂਗੜੇ ਦੀ ਉਪਭਾਸ਼ਾ ਹੈ ਅਤੇ ਜ਼ਿਲ੍ਹਾ ਕਟੂਆ ਜੰਮੂ ਉਦਮਪੁਰ ਕਾਂਗੜਾ ਧਰਮਸ਼ਾਲਾ ਤੇ ਸਿਆਲਕੋਟ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਯਾਨੀ ਆਪਨੂੰ ਪੁੱਛਿਆ ਗਿਆ ਹੈ ਕਿਹੜੀ ਭਾਸ਼ਾ ਹੈ ਜੋ ਜੰਮੂ ਅਤੇ ਕਾਂਗੜੇ ਦੀ ਉਪਭਾਸ਼ਾ ਹੈ ਠੀਕ ਹੈ ਅਤੇ ਇਹ ਜ਼ਿਲ੍ਹਾ ਕਟੂਆ ਜੰਮੂ ਉਦੰਪੁਰ ਕਾਂਗੜਾ ਧਰਮਸ਼ਾਲਾ ਤੇ ਸਿਆਲਕੋਟ ਦੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਇਹ ਕਿਹੜੀ ਉਪਭਾਸ਼ਾ ਹੈ ਮਾਜੀ ਡੋਗਰੀ ਦੁਆਬੀ ਜਾਂ ਫਿਰ ਪਵਾਦੀ ਇਹ ਜਿਹੜੀ ਉਪਭਾਸ਼ਾ ਹੈ ਇਸ ਦਾ ਨਾਮ ਹੈ ਡੋਗਰੀ ਇਸ ਅਨਸਰ ਬਣੇਗਾ ਆਪਣਾ ਵੀ ਆਪਸ਼ਨ ਡੋਗਰੀ ਜੋ ਹੈ ਇਹ ਭਾਸ਼ਾ ਜੰਮੂ ਤੇ ਕਾਂਗੜੇ ਦੀ ਉਪਭਾਸ਼ਾ ਹੈ ਤੇ ਇਹ ਜ਼ਿਲ੍ਹਾ ਕਟੂਆ ਜੰਮੂ ਉਦੰਪੁਰ कांगड़ा धर्मशाला ते सियालकोट ਦੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਅਨਸਰ ਬਣੇਗਾ ਇਸ ਕੁਸ਼ਨ ਦਾ ਆਪਣਾ ਬੀ ਆਪਸ਼ਨ 도ਗਰੀ ਵਿਆਕਰਨ मूल रूप ਵਿੱਚ ਕਿਸ ਭਾਸ਼ਾ ਦਾ ਸ਼ਬਦ ਹੈ ਪੰਜਾਬੀ ਸੰਸਕ੍ਰਿਤ ਹਿੰਦੀ ਜਾਂ ਫਿਰ ਉਰਦੂ ਵਿਆਕਰਨ ਜੋ ਹੈ ਇਹ ਮੂਲ ਰੂਪ ਵਿੱਚ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇਸ ਕਰਕੇ ਅਨਸਰ ਬਣੇਗਾ ਆਪਣਾ ਇਸ ਕੁਸ਼ਨ ਦਾ ਬੀ ਆਪਸ਼ਨ ਸੰਸਕ੍ਰਿਤਾ ਠੀਕ ਹੈ ਇਸ ਅਨਸਰ ਬਣੇਗਾ ਆਪਣਾ ਸੰਸਕ੍ਰਿਤ ਬੀ ਆਪਸ਼ਨ ਸੋ ਇਹ ਸੀ ਆਪਣਾ ਫ੍ਰੀ ਮੌਕ ਟੈਸਟ ਦੀ ਸੀਰੀਜ਼ ਦਾ ਸੈਟ ਨੰਬਰ 2 ਜਿਸ ਦੇ ਵਿੱਚ ਆਪਾਂ ਨੇ 20 ਮੋਸਟ ਇੰਪੋਰਟੈਂਟ ਕੁਐਸ਼ਨਸ ਡਿਟੇਲ ਦੇ ਵਿੱਚ ਕਵਰ ਕਰ ਲਏ ਜਿੰਨੇ ਵੀ ਇੰਪੋਰਟੈਂਟ ਫੈਕਟਸ ਬਣ ਸਕਦੇ ਸੀ ਉਹ ਵੀ ਆਪਾਂ ਨੇ ਨਾਲ ਹੀ ਕਵਰ ਕਰ ਲਏ ਇਸ ਮੌਕ ਟੈਸਟ ਨੰਬਰ 2 ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਵੀਡੀਓ ਪੇਪਰ ਦੇ ਲਈ ਸਾਡੇ ਦੁਆਰਾ ਇੱਕ ਸਪੈਸ਼ਲ ਐਮਸੀਕਿਊਜ਼ ਨੇ ਜਿਹੜੇ ਤਿਆਰ ਕੀਤੇ ਗਏ ਨੇ ਠੀਕ ਹੈ ਤੁਹਾਨੂੰ ਪਤਾ ਹੈ ਤੁਹਾਡਾ ਜਿਹੜਾ ਪੇਪਰ ਹੈ ਵੀਡੀਓ ਦਾ ਉਹ ਕੰਡਕਟ ਹੋਣ ਜਾ ਰਹੇ ਹਨ 8 ਜਨਵਰੀ 2023 ਨੂੰ ਠੀਕ ਹੈ ਇਸ ਲਈ ਸਾਡੇ ਦੁਆਰਾ ਟੋਟਲ 5000 ਪਲੱਸ ਐਮਸੀਕਿਊਜ਼ ਨੇ ਜਿਹੜੇ ਤਿਆਰ ਕੀਤੇ ਗਏ ਨੇ ਬਿਲਕੁਲ ਐਗਜ਼ਾਮ ਓਰੀਐਂਟਡ ਕੁਐਸ਼ਨਸ ਜਿਸ ਤਰ੍ਹਾਂ ਦੇ ਤੁਹਾਨੂੰ ਇਸ ਮੌਕ ਟੈਸਟ ਸੀਰੀਜ਼ ਦੇ ਵਿੱਚ ਕੁਐਸਚਨਸ ਦੇਖ ਕੇ ਨੇ ਬਿਲਕੁਲ ਇਸੇ ਪੈਟਰਨ ਦੇ ਉੱਪਰ ਜਿਹੜੇ ਕੁਐਸਚਨਸ ਨੇ ਉਹ ਆਪਾਂ ਨੇ ਕਵਰ ਕਰਕੇ ਪਾਏ ਨੇ ਠੀਕ ਹੈ ਇਸ ਐਮਸੀਕਿਊ ਸੀਰੀਜ਼ ਦੇ ਵਿੱਚ ਇਸ ਦੇ ਵਿੱਚ ਤੁਹਾਨੂੰ ਜੀਕੇ ਦੇ 1500 ਕੁਐਸਚਨਸ ਪੰਜਾਬ ਜੀਕੇ ਦੇ 500 ਕੁਐਸਚਨਸ ਕੰਪਿਊਟਰ ਦੇ ਵੀ 500 ਤੇ ਇੱਕ ਨੋਟਫੇਸ ਦੇ 1500 ਕੁਐਸਚਨਸ ਰੀਜਨਿੰਗ ਦੇ 250 ਮੈਥ ਦੇ ਵੀ 250 ਤੇ ਪੰਜਾਬੀ ਗ੍ਰਾਮਰ ਦੇ 300 ਪਲੱਸ ਤੇ ਇੰਗਲਿਸ਼ ਗ੍ਰਾਮਰ ਦੇ 250 ਪਲੱਸ ਇਹਨਾਂ ਨੂੰ ਅਗਰ ਮਿਲਾ ਦਈਏ ਆਪਾਂ ਤਾਂ ਅਪਰੋਕਸੀਮੇਟਲੀ ਆਪਣੇ ਕੋਲ 5000 ਪਲੱਸ ਜਿਹੜੇ ਠੀਕ ਹੈ ਜੋ ਸਾਡੇ ਦੁਆਰਾ ਸਪੈਸ਼ਲੀ ਤਿਆਰ ਕੀਤੇ ਗਏ ਨੇ ਪੰਜਾਬ ਦੇ ਜਿਹੜੇ ਪੀਟ ਪਲੱਸ ਬੀ ਦੇ ਮੇਨਲੀ ਪੇਪਰਸ ਹੁੰਦੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਆਪਾਂ ਨੇ ਇਹਨਾਂ ਨੂੰ ਤਿਆਰ ਕੀਤਾ ਹੈ ਠੀਕ ਹੈ ਚਾਹੇ ਤੁਸੀਂ ਵੀਡੀਓ ਦੀ ਤਿਆਰੀ ਕਰ ਰਹੇ ਹੋ ਚਾਹੇ ਐਕਸਰਸ ਇੰਸਪੈਕਟਰੀ ਤਿਆਰੀ ਕਰ ਰਹੇ ਹੋ ਸਾਰੇ ਪੇਪਰਾਂ ਦੇ ਵਿੱਚ ਹੈਲਪ ਕਰੇਗਾ ਅੱਗੇ ਆਪਾਂ ਡਿਸਕਸ ਕਰਾਂਗੇ ਕਿਹੜੇ ਕਿਹੜੇ ਹੈਲਪ ਦੇ ਕਿਹੜੇ ਕਿਹੜੇ ਪੇਪਰ ਦੇ ਵਿੱਚ ਤੁਹਾਨੂੰ ਇਹ ਜਿਹੜੀ ਮੌਕ ਟੈਸਟ ਸੀਰੀਜ਼ ਹੈਲਪ ਕਰੇਗੀ ਬਿਲਕੁਲ ਆਪਾਂ ਨੇ ਨੋਮੀਨਲ ਚਾਰजेस ਰੱਖੇ ਨੇ ਇਸ ਮੌਕ ਟੈਸਟ ਸੀਰੀਜ਼ ਦੇ ਬਿਲਕੁਲ ਐਗਜ਼ਾਮ ਓਰੀਐਂਟਡ ਹੋਏਗੀ ਇਸ ਦੇ ਵਿੱਚ ਤੁਹਾਨੂੰ ਇੱਕ ਬੇਨਫਿਟ ਹੋ ਰਿਹਾ ਹੈ ਇਸ ਦੇ ਵਿੱਚ ਜਿਹੜੇ ਕਰੰਟ ਅਫੇਅਰਸ ਨੇ 1500 ਕੁਐਸਚਨਸ ਠੀਕ ਹੈ ਰੀਜ਼ਨਿੰਗ ਮੈਥ ਦੇ 500 ਕੁਐਸਚਨਸ ਦਾ ਟੋਟਲ 2000 ਕੁਐਸਚਨਸ ਨੇ ਜਿਹੜੇ ਇਹਨਾਂ ਦੀ ਨਾਲ ਤੁਹਾਨੂੰ ਵੀਡੀਓ ਐਕਸਪਲੇਨੇਸ਼ਨ ਵੀ ਦਿੱਤੀ ਜਾਊਗੀ ਠੀਕ ਹੈ ਵੀਡੀਓ ਐਕਸਪਲੇਨੇਸ਼ਨ ਹੈ ਜਿਹੜੀ ਉਹ ਵੀ ਨਾਲ ਹੀ ਦਿੱਤੀ ਜਾਊਗੀ ਤੁਹਾਨੂੰ 2000 ਕੁਐਸਚਨਸ ਦੇ ਨਾਲ ਹੀ ਠੀਕ ਹੈ ਇਹ ਵੀਡੀਓ ਐਕਸਪਲੇਨੇਸ਼ਨ ਕਿਵੇਂ ਮਿਲੇਗੀ ਤੁਹਾਨੂੰ ਇਸ ਦੇ ਲਈ ਤੁਹਾਨੂੰ ਇੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਐਡ ਕੀਤਾ ਜਾਊਗਾ ਪ੍ਰਾਈਵੇਟ ਟੈਲੀਗ੍ਰਾਮ ਗਰੁੱਪ ਹੈ ਉਹ ਉਸ ਦੇ ਵਿੱਚ ਜਿਹੜੇ ਨੇ ਬ ਪੇੜ ਬੱਚੇ ਹੀ ਹੋਣਗੇ ਉਸ ਦੇ ਵਿੱਚ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਜਿਹੜੇ ਪ੍ਰਾਈਵੇਟ ਟੈਲੀਗ੍ਰam ਗਰੁੱਪ ਐਸ ਦੇ ਵਿੱਚ ਤੁਹਾਨੂੰ ਲਿੰਕ ਸ਼ੇਅਰ ਕੀਤੇ ਜਾਣਗੇ ਜਿਨ੍ਹਾਂ ਦੇ ਉੱਪਰ ਕਲਿੱਕ ਕਰਕੇ ਤੁਸੀਂ ਅਗਰ ਇਹਨਾਂ ਦੇ ਵੀਡੀਓ ਐਕਸਪਲੇਨੇਸ਼ਨ ਦੇਖਣਾ ਚਾਹੋ ਮੈਥ ਰੀਜ਼ਨਿੰਗ ਤੇ ਕਰੰਟ ਅਫੇਅਰਸ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਐਗਜ਼ਾਮ ਓਰੀਐਂਟਡ ਕੰਟੈਂਟ ਹੋਊਗਾ ਠੀਕ ਹੈ ਤੁਸੀਂ ਨੇ ਕਿਤੋਂ ਵੀ ਤਿਆਰੀ ਕੀਤੀ ਹੈ ਚਾਹੇ ਆਫਲਾਈਨ ਕੀਤੀ ਹੈ ਚਾਹੇ ਆਨਲਾਈਨ ਕੀਤੀ ਹੈ ਚਾਹੇ ਸੈਲਫ ਸਟੱਡੀ ਕੀਤੀ ਹੈ ਜਾਂ ਫਿਰ ਕਿਸੇ ਇੰਸਟੀਚਿਊਟ ਤੋਂ ਕੀਤੀ ਹੈ ਤੁਹਾਨੂੰ ਇਹਨਾਂ 5000 ਕੁਐਸ਼ਨਸ ਨੂੰ ਪ੍ਰੈਕਟਿਸ ਕਰਕੇ ਜ਼ਰੂਰ ਜਾ ਕਈ ਵਾਰੀ ਜਿਹੜੇ ਕੁਐਸਚਨਸ ਨੇ ਬਿਲਕੁਲ ਐਜ਼ ਇਟ ਇਜ਼ ਹੀ ਜਿਹੜੇ ਨੇ ਪੇਪਰ ਦੇ ਵਿੱਚ ਛਪ ਕੇ ਆ ਜਾਂਦੇ ਨੇ ਇਸ ਕਰਕੇ ਜਿਹੜੇ ਕੁਐਸਚਨਸ ਨੇ ਇਹਨਾਂ ਨੂੰ ਇੰਪੋਰਟੈਂਟ ਕੁਐਸਚਨਸ ਨੂੰ ਕਵਰ ਕਰਕੇ ਜ਼ਰੂਰ ਜਾਣਾ ਬਿਲਕੁਲ ਆਪਣਾ ਐਗਜ਼ਾਮ ਓਰੀਐਂਟਡ ਕੁਐਸਚਨਸ ਨੇ ਜਿਹੜੇ ਉਹ ਕਵਰ ਕਰਕੇ ਪਾਏ ਨੇ ਇਸ ਸਪੈਸ਼ਲ ਐਮਸੀਕੀਓ ਸੀਰੀਜ਼ ਦੇ ਵਿੱਚ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਜਿਹੜੇ ਪ੍ਰੀਵੀਅਸ ਕੁਐਸਚਨਸ ਨੇ ਉਹਨਾਂ ਨੂੰ ਵੀ ਤੁਹਾਨੂੰ ਜਿਹੜਾ ਹੈ ਕਵਰ ਕਰਵਾਇਆ ਗਿਆ ਹੈ ਇਹਨਾਂ 5000 ਕੁਐਸਚਨਸ ਦੀ ਮਦਦ ਦੇ ਨਾਲ ਠੀਕ ਹੈ ਯਾਨੀ ਜਿਹੜੇ ਪ੍ਰੀਵੀਅਸ ਕੁਐਸਚਨਸ ਨੇ ਉਹ ਵੀ ਕਾਫੀ ਪੁੱਛਦੇ ਨੇ ਬੱਚੇ ਕਿ ਪ੍ਰੀਵੀਅਸ ਕਵਰ ਹੋਣਗੇ ਕਿ ਨਹੀਂ ਕਵਰ ਹੋਣਗੇ ਪ੍ਰੀਵੀਅਸ ਵੀ ਇਹਨਾਂ ਦੇ ਵਿੱਚ ਕਵਰ ਹੋਣਗੇ ਇਹ ਵੀ ਗੱਲ ਤੁਹਾਨੂੰ ਯਾਦ ਰੱਖਣੀ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਹ ਕਿਹੜੇ-ਕਿਹੜੇ ਪੇਪਰ ਦੇ ਵਿੱਚ ਹੈਲਪ ਕਰੇਗਾ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦਾ ਪੇਪਰ ਹੋ ਗਿਆ ਉਸ ਤੋਂ ਬਾਅਦ ਕਲਰਕ ਹੋ ਗਿਆ ਇੱਕ ਸੀਡੀਈ ਉਹਦਾ ਪੇਪਰ ਹੈ ਠੀਕ ਹੈ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਜੋ ਕੋਆਪਰੇਟਿਵ ਬੈਂਕ ਦੇ ਵਿੱਚ ਵੈਕੈਂਸੀਜ਼ ਨਿਕਲੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਹੈ ਇਹ ਕਲਰਕ ਦਾ ਪੇਪਰ ਹੈਲਪ ਕਰੇਗਾ ਤੁਹਾਨੂੰ ਠੀਕ ਹੈ ਯਾਨੀ ਇਹ ਮੌਕ ਟੈਸਟ ਜਿਹੜੀ ਸੀਰੀਜ਼ ਆਪਾਂ ਨੇ ਤਿਆਰ ਕੀਤੀ ਹੈ ਠੀਕ ਹੈ ਐਮਸੀਕਿਊ ਸੀਰੀਜ਼ ਉਹ ਹੈਲਪ ਕਰੇਗੀ ਫੋਰੈਸਟ ਗਾਰਡ ਦਾ ਪੇਪਰ ਹੋ ਚੁੱਕਿਆ ਠੀਕ ਹੈ ਤੇ ਐਕਸਾਈਜ਼ ਇਨਸਪੈਕਟਰ ਆਪਣਾ ਮੇਨ ਪੇਪਰ ਠੀਕ ਹੈ ਇਹ ਸਾਰੇ ਪੇਪਰਾਂ ਦੇ ਵਿੱਚ ਤੁਹਾਨੂੰ ਇਹ ਐਮਸੀਕਿਊ ਜਿਹੜੇ ਜਿਹੜੇ ਸਪੈਸ਼ਲ ਇਹ ਤੁਹਾਨੂੰ ਹੈਲਪ ਕਰਨਗੇ ਬਿਲਕੁਲ ਆਪਾਂ ਨੇ ਐਗਜ਼ਾਮ ਨੂੰ ਟਾਰਗੇਟ ਕਰਕੇ ਹੀ ਇਹਨਾਂ ਨੂੰ ਜਿਹੜਾ ਹੈ ਤਿਆਰ ਕੀਤਾ ਹੈ ਤੁਹਾਨੂੰ ਨੇ ਕਿਤੋਂ ਵੀ ਤਿਆਰੀ ਕੀਤੀ ਹੈ ਇਹਨਾਂ ਨੂੰ ਪ੍ਰੈਕਟਿਸ ਕਰਕੇ ਜ਼ਰੂਰ ਜਾਨੇ ਠੀਕ ਹੈ ਬਹੁਤ ਹੀ ਜ਼ਿਆਦਾ ਕੁਐਸਚਨ ਤੁਸੀਂ ਜਿਹੜੇ ਨੇ ਇਹਨਾਂ ਦੇ ਵਿੱਚੋਂ ਡਾਇਰੈਕਟ ਦੇਖੋਗੇ ਕਿਉਂਕਿ ਆ ਕਾਫੀ ਜਿਹੜੇ ਪ੍ਰੂਵ ਕਰਕੇ ਦਿਖਾਏ ਨੇ ਬਿਲਕੁਲ ਆਪਾਂ ਐਗਜ਼ਾਮ ਓਰੀਐਂਟਡਲੀ ਕੰਟੈਂਟ ਹੈ ਜਿਹੜਾ ਉਹ ਤਿਆਰ ਕਰਕੇ ਪਾਣੇ ਆ ਠੀਕ ਹੈ ਇਸ ਲਈ ਤੁਹਾਨੂੰ ਇਹਨਾਂ ਨੂੰ ਕਵਰ ਕਰਕੇ ਜ਼ਰੂਰ ਜਾਣਾ ਤੇ ਇਸ ਦੇ ਚਾਰजेस ਕਿੰਨੇ ਨੇ ਇਸ ਦੇ ਚਾਰजेस 1000 ਰੁਪਏ ਸੀ ਪਹਿਲੇ 500 ਬੱਚਿਆਂ ਦੇ ਲਈ 500 ਬੱਚੇ ਪੂਰੇ ਹੋ ਚੁੱਕੇ ਨੇ ਠੀਕ ਹੈ 500 ਪਲੱਸ ਬਟ ਹੁਣ ਜਿਹੜੇ 250 ਬੱਚੇ ਹੋਰ ਨੇ ਉਹਨਾਂ ਨੂੰ ਸੇਮ ਪ੍ਰਾਈਸ ਦੇ ਉੱਪਰ ਜਿਹੜਾ ਹੈ ਇਹ ਐਮਸੀਕਾ ਉਹ ਸੀਰੀਜ਼ ਹੈ ਉਹ ਪ੍ਰੋਵਾਈਡ ਕੀਤੀ ਜਾਊਗੀ ਯਾਨੀ ਜਿਹੜੇ ਹੋਰ 250 ਬੱਚੇ ਨੇ 250 ਹੋਰ ਬੱਚੇ ਨੇ ਇਨਾਂ ਨੂੰ ਸੇਮ ਪ੍ਰਾਈਸ ਦੇ ਉੱਪਰ 500 ਰੁਪਏ ਦੇ ਵਿੱਚ ਹੀ ਤੁਹਾਨੂੰ ਜਿਹੜੇ ਨੇ ਐਮਸੀਕਿਊਜ਼ ਨੇ ਉਹ ਪ੍ਰੋਵਾਈਡ ਕੀਤੇ ਜਾਣਗੇ ਜਿਹੜੇ 250 ਹੋਰ ਬੱਚੇ ਨੇ ਠੀਕ ਹੈ ਯਾਨੀ ਤੁਹਾਨੂੰ 500 ਰੁਪਏ ਹੀ ਪੇ ਕਰਨੇ ਨੇ ਤੁਹਾਨੂੰ ਨੇ ਬਿਲਕੁਲ ਨੋਮੀਨਲ ਆਪਣੀ ਅਮਾਊਂਟ ਰੱਖੀ ਹੈ 5000 ਕੁਐਸਚਨਸ ਹੋਣਗੇ ਤੇ ਅਗਰ ਆਪਾਂ ਦੇਖੀਏ 500 ਰੁਪਏ ਦੇ ਵਿੱਚ ਤਾਂ 1 ਰੁਪਏ ਦੇ ਵਿੱਚ ਟੋਟਲ 10 ਕੁਐਸਚਨਸ ਹੋਣਗੇ ਜਿਸ ਦੇ ਵਿੱਚ ਕਾਫੀ ਤੁਹਾਨੂੰ ਵੀਡੀਓ ਐਕਸਪਲੇਨੇਸ਼ਨ ਵੀ ਦਿੱਤੀ ਜਾਊਗੀ ਠੀਕ ਹੈ ਜਿਸ ਦੇ ਵਿੱਚ ਮੈਥ ਰੀਜ਼ਨਿੰਗ ਤੇ ਕਰੰਟ ਅਫੇਅਰਸ ਦੇ ਤੁਹਾਨੂੰ ਨਾਲ ਵੀਡੀਓ ਸੋਲੂਸ਼ਨ ਵੀ ਦਿੱਤਾ ਜਾਊਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ 1 ਰੁਪਏ ਦੇ ਵਿੱਚ 10-10 ਐਮਸੀਕਿਊਜ਼ ਹੋਣਗੇ ਬਿਲਕੁਲ ਐਗਜ਼ਾਮ ਓਰੀਐਂਟਡ ਹੋਣਗੇ ਠੀਕ ਹੈ ਪੇਮੈਂਟ ਕਿਵੇਂ ਕਰੋਗੇ ਤੁਸੀਂ Google Pay ਕਰ ਸਕਦੇ ਹੋ PhonePe Paytm ਇਸ ਨੰਬਰ ਦੇ ਉੱਪਰ ਪੇਮੈਂਟ ਕਰਨੀ ਹੈ ਪੇਮੈਂਟ ਕਰਨ ਤੋਂ ਬਾਅਦ ਤੁਹਾਨੂੰ ਇਸ ਸੇਮ ਨੰਬਰ WhatsApp ਦੇ ਉੱਪਰ ਤੁਹਾਨੂੰ ਲਿਖਣਾ ਹੈ P T B MCQs P T B MCQs ਲਿਖ ਦੇਣਾ ਸਾਡੀ ਤਰਫ ਤੋਂ 1 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੇ ਇਹ 5000 ਐਮਸੀਕਿਊਜ਼ ਨੇ ਇਹ ਤੁਹਾਨੂੰ ਸਾਡੀ ਤਰਫ ਤੋਂ ਸ਼ੇਅਰ ਕਰ ਦਿੱਤੇ ਜਾਣਗੇ 1 ਘੰਟੇ ਦੇ ਵਿੱਚ ਵਿੱਚ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ 1 ਘੰਟਾ ਲੱਗ ਸਕਦਾ ਹੈ ਕਿਉਂਕਿ ਕਾਫੀ ਬੱਚੇ ਨੇ ਜਿਹੜੇ ਉਹ ਇੱਕ ਟਾਈਮ ਦੇ ਉੱਪਰ ਪੇਮੈਂਟ ਕਰਦੇ ਨੇ ਇਸ ਕਰਕੇ 1 ਘੰਟੇ ਦੇ ਵਿੱਚ ਵਿੱਚ ਜਿਹੜੇ ਨੇ ਉਹ ਤੁਹਾਨੂੰ ਸੈਂਡ ਕਰ ਦਿੱਤੇ ਜਾਣਗੇ ਇਹ ਜਿਹੜੇ ਐਮਸੀਕੀਓਜ਼ ਆਪਾਂ ਨੇ ਤਿਆਰ ਕੀਤੇ ਨੇ ਬਾਕੀ ਸਾਰੀ ਡਿਟੇਲ ਹੈ ਦਿੱਸ ਉਸੇ ਸਕਰੀਨਸ਼ਾਟ ਲੈ ਸਕਦੇ ਹੋ ਇੱਥੇ ਤੁਸੀਂ ਜਿਹੜੇ ਐਮ ਐਮਸੀਕੀਓਜ਼ ਨੇ ਇਹਨਾਂ ਦੀ ਡਿਟੇਲ ਦਿੱਤੀ ਗਈ ਹੈ ਇਹਨਾਂ ਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਕੋਈ ਵੀ ਡਾਊਟ ਹੈ ਕਿਸੇ ਵੀ ਚੀਜ਼ ਦੇ ਰਿਲੇਟਡ ਤਾਂ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ 7009868826 ਇਸ ਨੰਬਰ ਦੇ ਉੱਪਰ ਮੈਸੇਜ ਕਰਕੇ ਤੁਸੀਂ WhatsApp ਦੇ ਉੱਪਰ ਪੁੱਛ ਸਕਦੇ ਹੋ ਅਗਰ ਕੋਈ ਵੀ ਕਿਸੇ ਚੀਜ਼ ਦੇ ਰਿਲੇਟਡ ਡਾਊਟ ਹੈ ਠੀਕ ਹੈ ਸੋ ਐਸੀ ਆਪਣਾ ਫ੍ਰੀ ਮੌਕ ਟੈਸਟ ਸੀਰੀਜ਼ ਆ ਸੈਪਟੈਂਬਰ 2 ਜਿਸ ਦੇ ਵਿੱਚ ਆਪਾਂ ਨੇ 20 ਮੋਸਟ ਇੰਪੋਰਟੈਂਟ ਕੁਐਸਚਨਸ ਆਪਾਂ ਨੇ ਕਵਰ ਕੀਤੇ ਨੇ ਡਿਟੇਲ ਦੇ ਵਿੱਚ ਬਾਕੀ ਆਪਾਂ ਨੇ ਸਪੈਸ਼ਲ MCQ ਜਿਹੜੇ ਲਾਂਚ ਕੀਤੇ ਹੋਏ ਨੇ ਇਹਨਾਂ ਦੀ ਡਿਟੇਲ ਵੀ ਆਪਾਂ ਨੇ ਜਿਹੜੀ ਆ ਉਹ ਸ਼ੇਅਰ ਕਰ ਦਿੱਤੀ ਹੈ ਅਗਰ ਕੋਈ ਵੀ ਡਾਊਟ ਹੈ ਇਸ MCQ ਉਸ ਰਿਲੇਟਡ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਬਿਲਕੁਲ ਐਗਜ਼ਾਮ ओरिएंटेड ਹੋਣਗੇ ਕਿਤੋਂ ਵੀ ਤਿਆਰੀ ਕੀਤੀ ਹੈ ਇਹਨਾਂ ਨੂੰ ਕਵਰ ਕਰਕੇ ਤੁਹਾਨੂੰ ਜਰੂਰ ਜਾਣਾ ਹੈ ਕਾਫੀ ਜ਼ਿਆਦਾ ਹੈਲਪ ਮਿਲੇਗੀ ਤੁਹਾਨੂੰ ਐਗਜ਼ਾਮ ਦੇ ਵਿੱਚ ਠੀਕ ਹੈ ਇਹ ਸਾਡਾ ਨੰਬਰ ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰੋ ਠੀਕ ਹੈ ਇਸ ਮੌਕ ਟੈਸਟ ਨੰਬਰ 2 ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਪੀਟਰ ਪਲੱਸ ਵੀ ਦੇ ਵੀਡੀਓ ਪੇਪਰ ਦੇ ਫ੍ਰੀ ਮੌਕ ਟੈਸਟ ਸੀਰੀਜ਼ ਦੀ ਸੈਪਟੰਬਰ 3 ਦੇ ਵਿੱਚ ਸੋ ਥੈਂਕ ਯੂ ਸੋ